ਵਰਹਮਤੁਲਾਹੀ ਵਬਰਕਾਤੁਹੁ। ਅਲਹਮਦੁਲਿਲਾਹਿ ਵਸਲਾਮੁਨ ਅਲਾ ਇਬਾਦਿਹਿ ਅਲਜ਼ੀਨਾ ਅਸਤਫਾ। اللهم صل على محمد وعلى آل محمد كما تحب وترضى। أعوذ بالله السميع العليم من الشيطان الرجيم। في جنات يتساءلون عن المجرمين ما سلككم في سقر قالوا لم نك من المصلين। الف اس جہان دے تندیاں تو ਲਗਰਾਂ ਸੁੱਕਦੀਆਂ ਸੁੱਕਦੀਆਂ ਸੁੱਕ ਗਈਆਂ। ਤੇ ਮੁਹਤਰਮ ਅੱਧ ਸ਼ੁਕਰ ਹੈ ਜਿਸ ਮਾਲਿਕ ਨੇ ਚੰਦ ਘੜੀਆਂ ਸਾਨੂੰ ਆਪਣੇ ਦੀਨ ਵਾਸਤੇ ਜਮ੍ਹਾਂ ਹੋਣੇ ਦੀ ਤੋਫੀਕ ਅਤਾ ਫਰਮਾਈ। ਅੱਲਾ ਅੱਜ ਦੀ ਹਾਜ਼ਰੀ ਆਪਣੀ ਬਾਰਗਾਹ ਅੰਦਰ ਕਬੂਲ ਫਰਮਾਏ। ਬੜੇ ਹੀ ਮੁਹਤਰਮ ਹਾਜੀ ਮੁਹੰਮਦ ਅਸਲਮ ਸਾਹਿਬ, ਮੁਹਤਰਮ ਹਾਜੀ ਮੁਹੰਮਦ ਸ਼ੌਕਤ ਸਾਹਿਬ, ਇਹਨਾਂ ਦੀ ਮਿਹਨਤ, ਕੋਸ਼ਿਸ਼, ਕਾਵਸ਼, ਦੀਗਰ ਦੋਸਤਾਂ ਦੀ ਮਿਹਨਤ, ਅੱਲਾ ਪਾਕ ਇਹ ਸਾਰੀਆਂ ਦੀਨ ਵਾਸਤੇ ਮਿਹਨਤਾਂ ਮੁਹੱਬਤਾਂ ਆਪਣੀ ਬਾਰਗਾਹ ਅੰਦਰ ਕਬੂਲ ਫਰਮਾਏ। ਜਿਸ ਤਰ੍ਹਾਂ ਇਸ ਮੁਕਾਮ ਤੇ ਜਮ੍ਹਾਂ ਹਾਂ, ਇਸ ਤਰ੍ਹਾਂ ਅੱਲਾ ਬੈਤੁੱਲਾ ਅੰਦਰ ਇਕੱਠਿਆਂ ਫਰਮਾਏ, ਇਸ ਤਰ੍ਹਾਂ ਅੱਲਾ ਮਸਜਿਦ ਨਬਵੀ ਅੰਦਰ ਇਕੱਠਿਆਂ ਫਰਮਾਏ, ਇਸੇ ਤਰ੍ਹਾਂ ਹੀ ਅੱਲਾ ਸਾਨੂੰ ਸਾਰਿਆਂ ਨੂੰ ਕਿਆਮਤ ਵਾਲੇ ਦਿਨ ਹੌਜ਼ੇ ਕੌਸਰ ਤੇ ਇਕੱਠਿਆਂ ਫਰਮਾਏ। ਇਸੇ ਤਰ੍ਹਾਂ ਦੁਆ ਕਰੋ ਅੱਲਾ ਅਰਸ਼ ਅਜ਼ੀਮ ਦੇ ਸਾਏ ਥਲੇ ਇਕੱਠਿਆਂ ਫਰਮਾਏ। ਮੈਂ ਇੰਤਹਾਈ ਇਕਤਸਾਰ ਦੇ ਨਾਲ ਜੋ ਮੇਰੇ ਜ਼ਿੰਮੇ ਉਨਵਾਨ ਲਗਾਇਆ ਗਿਆ ਹੈ, ਚੰਦ ਗੁਜ਼ਾਰਸ਼ਾਂ ਤੁਹਾਡੇ ਪੇਸ਼ੇ ਖਿਦਮਤ ਕਰਨ ਦੀ ਕੋਸ਼ਿਸ਼ ਕਰਾਂਗਾ। ਮੇਰੀ ਦੁਆ ਹੈ ਅੱਲਾ ਸੁਣ ਸੁਣਾ ਕੇ ਅਮਲ ਦੀ ਤੋਫੀਕ ਅਤਾ ਫਰਮਾਏ। ਨਮਾਜ਼ ਇਸਲਾਮ ਦਾ ਇੱਕ ਬੁਨਿਆਦੀ ਰੁਕਨ ਹੈ। ਕਲਮਾ ਪੜ੍ਹ ਲੈਣ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜਾ ਇਨਸਾਨ ਤੇ ਫਰਜ਼ ਆਇਦ ਹੁੰਦਾ ਉਹ ਨਮਾਜ਼ ਹੈ। ਚਾਹੇ ਇਨਸਾਨ ਅਮੀਰ ਹੋਏ ਜਾਂ ਗਰੀਬ ਹੋਏ, ਚਾਹੇ ਇਨਸਾਨ ਛੋਟਾ ਹੈ ਜਾਂ ਬੜਾ, ਗੋਰਾ ਹੈ ਜਾਂ ਕਾਲਾ, ਸਿਹਤਮੰਦ ਏ ਜਾਂ ਬਿਮਾਰ ਏ, ਕਾਰ ਅੰਦਰ ਏ ਜਾਂ ਸਫ਼ਰ ਅੰਦਰ ਏ, ਚਾਹੇ ਇਨਸਾਨ
ਅਮਨ ਦੀ ਹਾਲਤ ਅੰਦਰ ਏ ਜਾਂ ਜੰਗ ਦੀ ਹਾਲਤ ਅੰਦਰ ਏ, ਕਿਸੇ ਵੀ ਸੂਰਤ ਦੀ ਅੰਦਰ ਨਮਾਜ਼ ਦੀ ਮੁਆਫੀ ਕੋਈ ਨਹੀਂ। ਹਰ ਸੂਰਤ ਅੰਦਰ ਨਮਾਜ਼ ਪੜ੍ਹਨੀ ਪੈਗੀ, ਇਲਾ ਕਿ ਇਨਸਾਨ ਬੇਹੋਸ਼ ਹੋ ਜਾਏ ਜਾਂ ਸੁੱਤਿਆਂ ਨਮਾਜ਼ ਪੜ੍ਹਦਾ ਹੀ ਨਹੀਂ, ਜਾਂ ਅਗਰ ਪੜ੍ਹਦਾ ਤੇ ਸਹੀ ਨਮਾਜ਼ ਨਹੀਂ ਪੜ੍ਹਦਾ। ਆਈਏ ਜ਼ਰਾ ਗੌਰ ਫਰਮਾਨਾ, ਇੱਕ ਤੇ ਉਹ ਬੰਦਾ ਜਿਹੜਾ ਸਿਰੇ ਤੋਂ ਨਮਾਜ਼ ਪੜ੍ਹਦਾ ਹੀ ਨਹੀਂ, ਐਸੇ ਇਨਸਾਨ ਦੀ ਕੋਈ ਵੀ ਇਬਾਦਤ ਅੱਲਾ ਦੀ ਬਾਰਗਾਹ ਅੰਦਰ ਕਬੂਲ ਨਹੀਂ। ਰੋਜ਼ੇ ਵੀ ਰਾਏਗਾ, ਹੱਜ ਵੀ ਰਾਏਗਾ, ਉਮਰੇ ਵੀ ਰਾਏਗਾ, ਯਾਨੀ ਕਿ ਇੱਕ ਇਨਸਾਨ ਉਮਰੇ ਤੇ ਜਾਏ ਲੇਕਿਨ ਨਮਾਜ਼ ਨਾ ਪੜ੍ਹੇ, ਹੱਜ ਕਰਨ ਵਾਸਤੇ ਜਾਏ ਤੇ ਨਮਾਜ਼ ਨਾ ਪੜ੍ਹੇ, ਸਾਰਾ ਦਿਨ ਰੋਜ਼ਾ ਰੱਖਿਆ, ਭੁੱਖ ਪਿਆਸ ਬਰਦਾਸ਼ਤ ਕੀਤੀ ਲੇਕਿਨ ਨਮਾਜ਼ ਨਾ ਪੜ੍ਹੇ, ਤੋ ਐਸੇ ਇਨਸਾਨ ਦੀ ਕਿਸੇ ਵੀ ਇਬਾਦਤ ਦਾ ਮੁੱਲ ਕੋਈ ਨਹੀਂ। ਸਭ ਤੋਂ ਪਹਿਲੇ ਨਮਾਜ਼ ਹੈ, ਹਰ ਹਾਲਤ ਦੀ ਅੰਦਰ ਨਮਾਜ਼ ਹੈ। ਅੱਲਾ ਨੇ ਕੁਝ ਆਸਾਨੀ ਪੈਦਾ ਕਰ ਦਿੱਤੀ ਏ, ਅਗਰ ਬਿਮਾਰ ਹੋ ਬੈਠ ਕੇ ਪੜ੍ਹ ਲਓ, ਲੇਟ ਕੇ ਪੜ੍ਹ ਲਓ, ਇਸ਼ਾਰੇ ਨਾਲ ਪੜ੍ਹ ਲਓ, ਸਫ਼ਰ ਦੇ ਅੰਦਰ ਹੋ ਅੱਧੀ ਨਮਾਜ਼ ਪੜ੍ਹ ਲਓ, ਕਸਰ ਪੜ੍ਹ ਲਓ, ਹਾਲਤੇ ਜਾਂਗੇ ਉਹਦੀ ਨਮਾਜ਼ ਦਾ ਔਰ ਤਰੀਕਾ, ਯਾਨੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਨਮਾਜ਼ ਜ਼ਰੂਰ ਪੜ੍ਹਨੀ, ਨਮਾਜ਼ ਤੋਂ ਬਗੈਰ ਛੁਟਕਾਰਾ ਨਹੀਂ। ਆਈਏ ਜ਼ਰਾ ਗੌਰ ਫਰਮਾਨਾ, ਨਮਾਜ਼ ਦੀ ਅਹਿਮੀਅਤ ਕੀ ਹੈ, ਨਮਾਜ਼ ਦੀ ਫਜ਼ੀਲਤ ਕੀ ਹੈ। ਇੱਕ ਹਦੀਸ ਨਬੀ ਪਾਕ ਦੀ ਸਮਾਤ ਫਰਮਾਓ, ਉਸ ਤੋਂ ਬਾਅਦ ਬੇਨਮਾਜ਼ ਦੀ ਗੱਲ ਕਰੀਏ। ਆਮਿਨਾ ਦੇ ਲਾਲ ਸਾਰੀ ਕਹਿਨਾ ਦੇ ਸਰਦਾਰ ਜਨਾਬ ਮੁਹੰਮਦ, ਨਬੀ ਪਾਕ ਦਾ ਨਾਮ ਆਏ ਗੱਜ ਵੱਜ ਕੇ ਪਿਆਰ ਮੁਹੱਬਤ ਦੇ ਨਾਲ ਦਰੂਦ ਪੜੋ ਜਨਾਬ ਮੁਹੰਮਦ। ਸ਼ੁਰੂ ਦੇ ਅੰਦਰ ਤੁਹਾਡਾ ਜ਼ੋਕ ਪੂਰਾ ਕਰਾਂ ਤੇ ਗੱਲ ਅੱਗੇ ਚਲਾਵਾਂ। ਅਰਬ ਦੀ ਜ਼ਮੀਨ ਤੇ ਜੋ ਚੰਨ ਬਣ ਕੇ ਆਏ, ਬੜਾ ਸੋਹਣਾ ਲੋਗੋ ਹੈ ਨਾਮੇ ਮੁਹੰਮਦ। ਨਾ ਪਹਿਲੇ ਕੋਈ ਆਇਆ ਨਾ ਆਵੇ ਕਦੀ ਵੀ, ਜਹਾਨਾ ਤੋਂ ਉੱਚਾ ਮੁਕਾਮੇ ਮੁਹੰਮਦ। ਜਦੋਂ ਲੋਕ ਸੋਨਾ ਮੁਹੰਮਦ ਜਾ ਕਹਿੰਦੇ, ਦੋਵੇਂ ਹੋਂਟ ਘੁੱਟ ਘੁੱਟ ਜਫੀ ਪਾਨ ਲੈਂਦੇ, ਦਰੂਦਾਂ ਦੀ ਬਾਰਿਸ਼ ਹੋਵੇ ਹਰ ਤਰਫ ਤੋਂ, ਤਾਂ ਉਸਮਾਨ ਆਖੇ ਸਲਾਮੇ ਮੁਹੰਮਦ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਮਦੀਨਾ ਸ਼ਹਿਰ ਤੋਂ ਬਾਹਰ ਜਾ ਰਹੇ ਨੇ, ਚੰਦ ਸਹਾਬਾ ਨਾਲ ਨੇ। ਆਪ ਨੇ ਵੇਖਿਆ ਸਾਹਮਣੇ ਇੱਕ ਬੰਦਾ ਆ ਰਿਹਾ ਬੜੀ ਤੇਜ਼ੀ ਦੇ ਨਾਲ, ਇਹ ਮਦੀਨੇ ਵੱਲ ਆ ਰਿਹਾ। ਨਬੀ ਪਾਕ ਫਰਮਾਉਂਦੇ ਨੇ, ਮੇਰੇ ਸਹਾਬੀਓ, ਇਹ ਜਿਹੜਾ ਬੰਦਾ ਆ ਰਿਹਾ ਇੰਜ ਲੱਗਦਾ ਜਿਵੇਂ ਬੜਾ ਉੱਚਾ ਅਜ਼ਮ ਲੈ ਕੇ ਆ ਰਿਹਾ, ਬੜਾ ਉੱਚਾ ਇਰਾਦਾ ਲੈ ਕੇ ਆ ਰਿਹਾ। ਇਹ ਬੰਦਾ ਕਰੀਬ ਆਇਆ
ਹੈ। ਨਬੀ ਪਾਕ ਦੇ ਸਹਾਬੀਆਂ ਕੋਲੋਂ ਆ ਕੇ ਪੁੱਛਦੇ ਹਨ, ਮਨ ਫੀ ਕੁਮ ਰਸੂਲੁਲਾਹ, ਤੁਹਾਡੇ ਵਿੱਚੋਂ ਅੱਲਾ ਦੇ ਰਸੂਲ ਕੌਣ ਨੇ? ਸਹਾਬਾ ਇਕਰਾਮ ਨੇ ਨਬੀ ਪਾਕ ਵੱਲ ਇਸ਼ਾਰਾ ਕੀਤਾ, ਇਹ ਬੰਦਾ ਕਰੀਬ ਆ ਗਿਆ। ਨਬੀ ਪਾਕ ਨੂੰ ਆ ਕੇ ਆਉਂਦਾ, ਅੱਲਾ ਦੇ ਪਾਕ ਪੈਗੰਬਰ, ਮੈਂ ਬੜੇ ਲੰਬੇ ਸਫ਼ਰ ਕਰਕੇ ਆਇਆ, ਬੜੇ ਲੰਬੇ ਪੈਂਡੇ ਕਰਕੇ ਆਇਆ, ਸਾਨੂੰ ਪਤਾ ਚੱਲਿਆ ਆਖਰੀ ਪੈਗੰਬਰ ਆ ਚੁੱਕੇ ਹੈ, ਮੇਰੀ ਕੌਮ ਨੇ ਤੁਹਾਡੀ ਤਸਦੀਕ ਕਰਨ ਵਾਸਤੇ ਭੇਜਿਆ, ਅੱਖੀਂ ਵੇਖ ਲਿਆ, ਦਿਲ ਨੇ ਤਸਦੀਕ ਕਰ ਦਿੱਤੀ ਏ, ਅੱਲਾ ਦੇ ਪੈਗੰਬਰ ਮੈਨੂੰ ਕਲਮਾ ਪੜਾ ਕੇ ਮੁਸਲਮਾਨ ਬਣਾ ਲਓ। ਨਬੀ ਪਾਕ ਨੇ ਕਲਮਾ ਪੜਾਇਆ ਤੇ ਮੁਸਲਮਾਨ ਕਰ ਲਿਆ। ਇਹ ਸੁਣਿਆ ਜੇ ਧਿਆਨ ਨਾਲ, ਆ ਫਰਮਾਉਂਦੇ ਨੇ ਵੀ ਚੱਲ ਹੁਣ ਸਾਡੇ ਨਾਲ ਮਦੀਨੇ ਚੱਲ, ਤੇਰੀ ਕੋ ਮਹਿਮਾਨ ਨਵਾਜ਼ੀ ਕਰੀਏ, ਖਿਦਮਤ ਕਰੀਏ, ਆਖਰ ਤੂੰ ਬੜਾ ਲੰਬਾ ਸਫ਼ਰ ਕਰਕੇ ਆਇਆ। ਤੇ ਹਦੀਸਾਂ ਅੰਦਰ ਲਿਖੇ ਹਨ, ਦਰਖਤਾਂ ਦੇ ਪੱਤੇ ਖਾ ਖਾ ਕੇ ਨਾ ਇਹਦੇ ਦੰਦ ਸਬਜ਼ ਰੰਗ ਦੇ ਹੋ ਚੁੱਕੇ ਨੇ, ਇਤਨਾ ਲੰਬਾ ਸਫ਼ਰ ਔਰ ਫਾਕਿਆਂ ਅੰਦਰ ਹੀ ਤੈਅ ਕਰਦਾ ਆਇਆ। ਤੇ ਆ ਫਰਮਾਉਂਦੇ ਨੇ ਆ ਤੇਰੀ ਕੋ ਮਹਿਮਾਨ ਨਵਾਜ਼ੀ ਕਰੀਏ, ਆਂਦਾ ਨਹੀਂ ਮੇਰਾ ਸਫ਼ਰ ਬੜਾ ਲੰਬਾ ਹੈ ਤੇ ਮੇਰੀ ਸਾਰੀ ਕੌਮ ਇਸ ਇੰਤਜ਼ਾਰ ਦੀ ਅੰਦਰ ਹੈ, ਮੈਂ ਜਾ ਕੇ ਤੁਹਾਡੀ ਤਸਦੀਕ ਕਰਾਂ ਤੇ ਉਹ ਸਾਰੇ ਕਲਮਾ ਪੜ੍ਹ ਕੇ ਤੁਹਾਡੇ ਮੁਰੀਦ ਬਣ ਜਾਣ। ਤੇ ਮੈਨੂੰ ਨਾ ਚੰਦ ਦੀਨ ਦੀਆਂ ਮੋਟੀਆਂ ਮੋਟੀਆਂ ਗੱਲਾਂ ਦੱਸੋ, ਚੰਦ ਦੀਨ ਦੇ ਮੋਟੇ ਮੋਟੇ ਮਸਲੇ ਦੱਸੋ ਜਿਨ੍ਹਾਂ ਤੇ ਅਸੀਂ ਅਮਲ ਕਰੀਏ ਤੇ ਅੱਲਾ ਸਾਨੂੰ ਜੰਨਤ ਅਤਾ ਫਰਮਾ ਦੇ। ਇਹ ਸੁਣਿਆ ਜੇ ਧਿਆਨ ਨਾਲ ਨਬੀ ਪਾਕ ਨੇ ਕੀ ਦੱਸਿਆ, ਆਮਨਾ ਦੇ ਲਾਲ ਸਾਰੀ ਕਾਇਨਾਤ ਦੇ ਸਰਦਾਰ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਫਰਮਾਉਂਦੇ ਨੇ, ਕਲਮਾ ਪੜ੍ਹ ਲੈਣ ਤੋਂ ਬਾਅਦ ਪੰਜ ਨਮਾਜ਼ਾਂ ਪੜ੍ਹਨੀਆਂ ਨੇ, ਕਿੰਨੀਆਂ ਉੱਚੀ ਬੋਲੋ, ਪੰਜ ਕਿ ਚਾਰ? ਇਹ ਕਈ ਬੰਦੇ ਚਾਰਾਂ 'ਤੇ ਗੁਜ਼ਾਰਾ ਕਰ ਲੈਂਦੇ ਨੇ, ਕਈ ਤਿੰਨਾਂ 'ਤੇ ਕਰ ਲੈਂਦੇ ਨੇ, ਕਈ ਦੋ ਤੇ ਕਰ ਲੈਂਦੇ ਨੇ ਸੁਬਹ ਦੀ ਤੇ ਸ਼ਾਮ ਦੀ, ਤੇ ਕਈ ਇੱਕ ਤੇ ਕਰ ਲੈਂਦੇ ਨੇ ਸੁਬਹ ਦੀ ਪੜ੍ਹੀ, ਬਾਕੀ ਸਾਰੀਆਂ ਅੱਲਾ ਦੇ ਸੁਬਹ। ਜਿਸ ਤਰ੍ਹਾਂ ਜ਼ੋਹਰ ਦੀ ਨਮਾਜ਼ ਦੀਆਂ ਚਾਰ ਰਕਤਾਂ ਫਰਦ ਨੇ, ਕਿੰਨੀਆਂ ਨੇ? ਅਸਰ ਦੀਆਂ, ਮਗਰਬ ਦੀਆਂ, ਇਸ਼ਾ ਦੀਆਂ। ਹੁਣ ਇਸ਼ਾ ਦੀਆਂ ਤਿੰਨ ਪੜ੍ਹੋ ਤੇ ਨਮਾਜ਼ ਹੋ ਜਾਏਗੀ, ਮਗਰਬ ਦੀਆਂ ਦੋ ਪੜ੍ਹੋ, ਅਸਰ ਦੀਆਂ ਤਿੰਨ ਪੜ੍ਹੋ, ਜ਼ੋਹਰ ਦੀਆਂ ਦੋ ਪੜ੍ਹੋ, ਫਜਰ ਦੀਆਂ ਪੰਜ ਪੜ੍ਹੋ? ਨਹੀਂ। ਜਿਸ ਤਰ੍ਹਾਂ ਰਕਤਾਂ ਚਾਰ ਫਰਜ਼, ਦੋ ਫਰਜ਼, ਤਿੰਨ ਫਰਜ਼, ਇਸੇ ਤਰ੍ਹਾਂ ਨਮਾਜ਼ਾਂ ਕਿੰਨੀਆਂ ਫਰਜ਼ ਨੇ? ਪੰਜ ਪੜੋਗੇ ਤੇ ਕਬੂਲ ਹੋਣਗੀਆਂ। ਇਹ ਨਹੀਂ ਕਿ ਆਪਣੀ ਮਰਜ਼ੀ ਨਾਲ ਦੋ ਪੜ੍ਹ ਲਈਆਂ, ਤਿੰਨ ਪੜ੍ਹ ਲਈਆਂ, ਬਾਕੀ ਦੀ ਪਰਵਾਹ ਹੀ ਨਹੀਂ। ਨਬੀ ਪਾਕ ਨੇ ਫਰਮਾਇਆ ਨਮਾਜ਼ਾਂ ਕਿੰਨੀਆਂ ਪੜ੍ਹਨੀਆਂ ਹੀ, ਆਪ ਫਰਮਾਉਂਦੇ ਨੇ ਪੰਜ ਨਮਾਜ਼ਾਂ ਪੜ੍ਹਨੀਆਂ ਨੇ। ਨਮਾਜ਼ਾਂ ਤੋਂ ਬਾਅਦ ਅਗਰ ਜ਼ਿੰਦਗੀ ਅੰਦਰ ਰਮਜ਼ਾਨ ਆ ਜਾਏ, ਰਮਜ਼ਾਨ ਦੇ ਰੋਜ਼ੇ ਰੱਖਣੇ ਨੇ, ਅਗਰ ਅੱਲਾ ਨੇ ਮਾਲ ਦਿੱਤਾ ਉਹਦੀ ਜ਼ਕਾਤ ਦੇਣੀ ਹੈ, ਜ਼ਿੰਦਗੀ ਦੇ ਅੰਦਰ ਬੈਤੁੱਲਾ ਦਾ ਹੱਜ ਆ ਜਾਏ, ਅੱਲਾ ਤੌਫੀਕ ਦੇ ਦੇਣ ਬੈਤੁੱਲਾ ਦਾ ਜਾ ਕੇ ਹੱਜ ਕਰਨਾ ਹੀ, ਇਹ ਚਾਰ ਕੰਮ ਕਰਨੇ ਨੇ, ਕਿੰਨੇ ਬੋਲੋ, ਇਹ ਚਾਰ ਕੰਮ ਕਰਨੇ ਨੇ। ਇਹ ਬੰਦਾ ਦਾ ਲਾ ਅਜ਼ੀਦੂ ਵਲਾ ਅਨਕੁਸ, ਮੈਨੂੰ ਅੱਲਾ ਦੀ ਕਸਮ ਦੀਨ ਦੇ ਅੰਦਰ ਨਾ ਮੈਂ ਵਾਧਾ ਕਰਾਂਗਾ ਤੇ ਨਾ ਘਾਟਾ ਕਰਾਂਗਾ।
ਜੋ ਤੁਸੀਂ ਦੱਸ ਦਿੱਤਾ ਹੈ ਨਾ, ਮੈਂ ਬਸ ਪੰਜ ਨਮਾਜ਼ਾਂ ਪੜ੍ਹਨੀਆਂ ਨੇ ਤੇ ਮਾਹੇ ਰਮਜ਼ਾਨ ਦੇ ਰੋਜ਼ੇ ਰੱਖਣੇ ਨੇ, ਆਪਣੇ ਮਾਲ ਦੀ ਸਕਾਤ ਦੇਣੀ ਤੇ ਹੱਜ ਕਰਨਾ, ਯਾਨੀ ਕਿ ਹੱਜ ਤੇ ਉਸ ਬੰਦੇ ਤੇ ਫਰਜ਼ ਹੈ ਨਾ ਜਿਹਦੇ ਕੋਲ ਪੈਸਾ ਰੁਪਇਆ ਮੌਜੂਦ ਹੈ, ਹੱਜ ਕਰ ਸਕਦਾ, ਤੇ ਜ਼ਕਾਤ ਉਸ ਬੰਦੇ ਤੇ ਫਰਜ਼ ਹੈ ਜਿਹਦੇ ਕੋਲ ਇਤਨਾ ਮਾਲ ਮੌਜੂਦ ਹੈ ਜਿਹੜਾ ਨਿਸਾਬ ਨੂੰ ਪਹੁੰਚਦਾ ਹੈ। ਤੇ ਉਸ ਤੋਂ ਬਾਅਦ ਆ ਗਿਆ ਰੋਜ਼ੇ, ਰੋਜ਼ੇ ਵੀ ਸਿਹਤਮੰਦ ਇਨਸਾਨ ਹੋਵੇ, ਆਜ਼ਾਦ ਹੋਵੇ, ਐਸੇ ਇਨਸਾਨ ਤੇ ਫਰਜ਼ ਨੇ। ਔਰ ਪਿੱਛੇ ਰਹਿ ਗਈ ਨਮਾਜ਼, ਨਮਾਜ਼ ਹਰ ਮੁਸਲਮਾਨ ਤੇ ਫਰਜ਼ ਹੈ, ਚਾਹੇ ਅਮੀਰ ਹੈ, ਚਾਹੇ ਗਰੀਬ ਹੈ, ਚਾਹੇ ਸਿਹਤਮੰਦ ਹੈ, ਚਾਹੇ ਬਿਮਾਰ ਹੈ। ਆਪ ਫਰਮਾਉਂਦੇ ਨੇ ਨਮਾਜ਼ ਵੀ ਪੜ੍ਹਨੀ ਹੋ, ਆਂਦਾ ਜੋ ਤੁਸੀਂ ਦੱਸ ਦਿੱਤਾ ਹੈ ਨਾ ਇਹ ਕੰਮ ਮੈਂ ਕਰਦਾ ਰਹਾਂਗਾ। ਜਲਦੀ ਜਲਦੀ ਅਸਵਾਰ ਹੋਇਆ, ਅਸਵਾਰੀ ਤੁੜਾ ਦਿੱਤੀ। ਨਬੀ ਪਾਕ ਫਰਮਾਉਂਦੇ ਨੇ ਮੇਰੇ ਸਹਾਬੀਓ, ਜਿਹਨੇ ਜੰਨਤੀ ਇਨਸਾਨ ਵੇਖਣਾ ਇਹਨੂੰ ਹੀ ਵੇਖ ਲਓ। ਇਹ ਜੰਤੀ ਬੰਦਾ ਜਾ ਰਿਹਾ, ਜੰਤੀ ਇਨਸਾਨ ਜਾ ਰਿਹਾ, ਗੱਲ ਸੁਣਿਆ ਜਿਹਦਰਾਂ ਧਿਆਨ ਨਾਲ, ਥੋੜ੍ਹਾ ਜਿਹਾ ਅਗਾਂਹ ਗਿਆ, ਇਹਦੀ ਅਸਵਾਰੀ ਦਾ ਪੈਰ ਇੱਕ ਬਿੱਲ 'ਚ ਆ ਗਿਆ, ਇੱਕ ਸੁਰਾਖ ਦੇ ਅੰਦਰ ਇਹਦੀ ਅਸਵਾਰੀ ਦਾ ਪੈਰ ਆ ਗਿਆ। ਅਸਵਾਰੀ ਲੜਖੜਾ ਗਈ ਅਤੇ ਜ਼ਮੀਨ 'ਤੇ ਗਿਰ ਗਿਆ, ਇਹਦੀ ਗਰਦਨ ਟੁੱਟ ਗਈ ਅਤੇ ਫੌਤ ਹੋ ਗਿਆ। ਨਬੀ ਪਾਕ ਫਰਮਾਉਂਦੇ ਨੇ ਮੇਰੇ ਸਹਾਬੀਓ, ਜਲਦੀ ਕਰੋ, ਜਲਦੀ ਕਰੋ, ਇਹਨੂੰ ਉਠਾ ਕੇ ਲਿਆ। ਸਹਾਬਾ ਇਕਰਾਮ ਦੌੜਾਂ ਲਾ ਕੇ ਜਾਂਦੇ ਨੇ ਇਹਨੂੰ ਉਠਾ ਕੇ ਲਿਆਏ। ਨਬੀ ਪਾਕ ਨੇ ਇਹਦਾ ਸਾਰਾ ਆਪਣੀ ਗੋਦ ਮੁਬਾਰਕ 'ਚ ਰੱਖਿਆ। ਆਪ ਫਰਮਾਉਂਦੇ ਨੇ ਮੇਰੇ ਸਹਾਬੀਓ ਕਿੱਡਾ ਕੀਮਤੀ ਬੰਦਾ, ਆਹਤ ਕਰਕੇ ਜਾ ਰਿਹਾ ਸੀ, ਪੰਜ ਨਮਾਜ਼ਾਂ ਪੜਾਂਗਾ, ਰੋਜ਼ੇ ਰੱਖਾਂਗਾ, ਜ਼ਕਾਤ ਦਿਆਂਗਾ, ਅੱਲਾ ਨੇ ਤੌਫੀਕ ਦੇ ਦਿੱਤੀ, ਬੈਤੁੱਲਾ ਦਾ ਹੱਜ ਕਰਾਂਗਾ। ਮੇਰੇ ਸਹਾਬੀਓ ਅਜੇ ਨੇ ਨਮਾਜ਼ ਇੱਕ ਨਹੀਂ ਪੜੀ, ਸਜਦਾ ਇੱਕ ਨਹੀਂ ਕੀਤਾ, ਰਕੂ ਇੱਕ ਨਹੀਂ ਕੀਤਾ। ਕਿੱਡਾ ਕੀਮਤੀ ਬੰਦਾ ਅੱਲਾ ਦੀ ਜੰਨਤ ਦਾ ਮਹਿਮਾਨ ਬਣ ਗਿਆ, ਅਜੇ ਨੀਯਤ ਹੀ ਕਰਕੇ ਗਿਆ। ਕੀ ਕਰਨਾ? ਜਾ ਕੇ ਪੰਜ ਨਮਾਜ਼ਾਂ ਪੜ੍ਹਨੀਆਂ ਨੇ, ਨੀਯਤ ਕਰਕੇ ਜਾ ਰਿਹਾ। ਤੇ ਆਪ ਨਾ ਇਹਦੇ ਚਿਹਰੇ ਦੇ ਕਰੀਬ ਆਪਣਾ ਚਿਹਰਾ ਮੁਬਾਰਕ ਕਰਦੇ ਨੇ ਤੇ ਜਲਦੀ ਜਲਦੀ ਪਿਛਾਂਹ ਕਰ ਲਿਆ। ਸਹਾਬਾ ਕਹਿੰਦੇ ਨੇ ਸੋਹਣਿਓ, ਜਲਦੀ ਜਲਦੀ ਆਪਣਾ ਚਿਹਰਾ ਪਿਛਾਂਹ ਕਰ ਲਿਆ। ਆਪ ਫਰਮਾਉਂਦੇ ਨੇ ਐ ਮੇਰੇ ਸਹਾਬਾ, ਏਡਾ ਕੀਮਤੀ ਇਨਸਾਨ ਹੈ, ਇਹ ਸਫ਼ਰ ਕਰਕੇ ਆਇਆ ਸੀ, ਇਹਨੂੰ ਭੁੱਖ ਬੜੀ ਲੱਗੀ ਸੀ, ਪਿਆਸ ਬੜੀ ਲੱਗੀ ਸੀ। ਨਬੀ ਪਾਕ ਫਰਮਾਉਂਦੇ ਨੇ ਮੈਂ ਵੇਖ ਰਿਹਾ ਆਸਮਾਨ ਦੇ ਫਰਿਸ਼ਤੇ ਜੰਨਤ ਦੀਆਂ ਨੇਮਤਾਂ ਦੇ ਮੂੰਹ 'ਚ ਦਾਖਲ ਕੀਤੀ ਜਾ ਰਹੀ ਹੈ। ਓ ਮੇਰੇ ਭਾਈ, ਅਜੇ ਨਮਾਜ਼ ਪੜ੍ਹੀ ਨਹੀਂ, ਅਜੇ ਨੀਯਤ ਕਰਕੇ ਗਿਆ, ਮੌਤ ਆ ਗਈ ਹੈ। ਨਬੀ ਪਾਕ ਫਰਮਾਉਂਦੇ ਨੇ ਅੱਲਾ ਦੀ ਜੰਨਤ ਦਾ ਮਹਿਮਾਨ ਬਣ ਚੁੱਕਿਆ ਹੈ। ਤੇ ਜੇ ਪੜ੍ਹਨ ਲੱਗ ਜਾਓ, ਮੈਨੂੰ ਯਾਦ ਆਇਆ ਮੌਲਾਨਾ ਅਬਦੁਲ ਹਈ ਸਿਆਲਕੋਟੀ ਰਹਿਮਤੁੱਲਾ ਅਲੈਹ, ਉਹ ਬੜੇ ਵੱਡੇ ਆਲਮੇ ਦੀਨ ਗੁਜ਼ਰੇ ਨੇ, ਫਰਮਾਉਂਦੇ ਨੇ ਇੱਕ ਪਿੰਡ 'ਚ ਨਾ ਚੋਰ ਆ ਗਏ, ਘਰ ਵਾਲਿਆਂ ਨੂੰ ਚੋਰ ਪੈ ਗਏ, ਤੇ ਉਹ ਸਮਾਨ ਉਹਨਾਂ ਉਠਾਇਆ, ਜਦੋਂ ਨੱਸਣ ਲੱਗੇ ਨਾ ਤੇ ਘਰ ਵਾਲੇ ਉੱਠ ਪਏ, ਉਹ ਉਹਨਾਂ ਚੋਰਾਂ ਦੇ ਪਿੱਛੇ ਲੱਗ ਗਏ। ਦੋ ਭਰਾ ਸਨ, ਚੋਰ ਅੱਗੇ ਅੱਗੇ, ਉਹ ਪਿੱਛੇ ਪਿੱਛੇ, ਤੇ ਚੱਲਦਿਆਂ ਚੱਲਦਿਆਂ ਨਾ ਉਹ ਪਿੰਡ ਦੀ ਮਸਜਿਦ ਜਿਹੜੀ ਸੀ ਦੀਵਾਰਾਂ ਛੋਟੀਆਂ ਸਨ, ਚੋਰ ਨੇ ਛਲਾਂਗ ਲਈ ਤੇ ਮਸਜਿਦ 'ਚ ਅੰਦਰ ਆ ਕੇ ਉਹਨੇ ਨਮਾਜ਼ ਨਹੀਂ ਦਿੱਤੀ। ਕੀ ਕੀਤਾ? ਨਮਾਜ਼ ਨਹੀਂ ਦਿੱਤੀ। ਤੇ ਉਹ ਬੰਦੇ ਉਹਨਾਂ ਵੀ ਪਿੱਛੇ ਛਲਾਂਗਾਂ ਲਾਈਆਂ, ਮਸਜਿਦ 'ਚ ਆ ਗਏ, ਮਸਜਿਦ 'ਚ ਆ ਕੇ ਵੇਖਿਆ ਨਾ ਕੋਈ ਬੰਦਾ ਨਹੀਂ, ਅੰਦਰ ਵੇਖਿਆ ਤੇ ਇੱਕ ਬੰਦਾ ਨਮਾਜ਼ ਪੜ੍ਹ ਰਿਹਾ। ਕੀ ਕਰ ਰਿਹਾ? ਨਮਾਜ਼ ਪੜ੍ਹ ਰਿਹਾ। ਹੁਣ ਇੱਕ ਭਰਾ ਕਹਿਣ ਲੱਗਾ ਵੀ ਇਹ ਹੀ ਚੋਰ ਹੈ, ਦੂਜਾ ਆਂਦਾ ਨਹੀਂ ਯਾਰ ਇਹ ਤੇ ਤਜਦ ਗੁਜ਼ਾਰ ਹੈ,
ਇਹ ਚੋਰ ਨਹੀਂ, ਇਹ ਤੇ ਤਹੱਜਦ ਗੁਜ਼ਾਰ ਆਦਮੀ ਨਮਾਜ਼ ਪੜ੍ਹ ਰਿਹਾ, ਤੂੰ ਇਹਨੂੰ ਚੋਰ ਬਣਾ ਦਿੱਤਾ। ਆਂਦਾ ਫਿਰ ਅਸੀਂ ਘੁਸ ਗਏ ਆ, ਵਾਪਸ ਮੁੜ ਗਏ, ਦੋਵੇਂ ਵਾਪਸ ਮੁੜ ਗਏ। ਇਹ ਚੋਰ ਜਿਹੜਾ ਸੀ ਨਾ ਉੱਥੇ ਸਜਦੇ ਪੈ ਗਿਆ। ਆਂਦਾ ਵਾਹ ਮਾਲਕਾ, ਅਜੇ ਤੇ ਝੂਠੀ ਮੂਠੀ ਨੀਤੀ ਏ, ਬਗੈਰ ਵਜ਼ੂ ਤੇ ਨੀਤੀ ਏ, ਤੇ ਇੰਨਾ ਕਰਮ ਕਰ ਛੱਡਿਆ ਈ, ਜੇ ਸੱਚੀਆਂ ਪੜਨ ਲੱਗ ਗਿਆ ਤੇ ਕਿੱਡਾ ਮਿਹਰਬਾਨ ਹੋ ਜਾਏਗਾ। ਅਜੇ ਤੇ ਇੱਕ ਮਜ਼ਾਕ ਹੀ ਕੀਤਾ ਤੇ ਏਡਾ ਮਿਹਰਬਾਨ ਹੋ ਗਏ। ਅੱਲਾਹੁ ਅਕਬਰ ਅੱਲਾਹ। ਇਸ ਵਾਸਤੇ ਮੇਰੇ ਭਾਈਓ, ਨਮਾਜ਼ ਦੇ ਅੰਦਰ ਬਰਕਤ ਹੈ, ਨਮਾਜ਼ ਦੇ ਅੰਦਰ ਰਹਿਮਤ ਹੈ, ਨਮਾਜ਼ ਦੇ ਅੰਦਰ ਨੂਰ ਹੈ, ਨਮਾਜ਼ ਦੇ ਅੰਦਰ ਸਕੂਨ ਹੈ, ਨਮਾਜ਼ ਦੇ ਅੰਦਰ ਇਨਸਾਨ ਦੇ ਦਿਲ ਦਾ ਇਤਮਿਨਾਨ ਹੈ, ਨਮਾਜ਼ ਦੇ ਅੰਦਰ ਖੈਰ ਹੈ, ਨਮਾਜ਼ ਦੇ ਅੰਦਰ ਭਲਾਈ ਹੈ। ਆ ਜਾਓ ਨਮਾਜ਼ਾਂ ਵਾਲੇ ਪਾਸੇ ਆ ਜਾਓ, ਨਮਾਜ਼ ਦੀ ਪਾਬੰਦੀ ਕਰੋ, ਪਾਬੰਦੀ ਦੇ ਨਾਲ ਦਿਲ ਲਗਾ ਕੇ ਤਸੱਲੀ ਦੇ ਨਾਲ ਨਮਾਜ਼ ਪੜ੍ਹਿਆ ਕਰੋ। ਆ ਸੁਣੋ ਧਿਆਨ ਨਾਲ, ਜਿਹੜੇ ਲੋਕ ਨਮਾਜ਼ ਨਹੀਂ ਪੜ੍ਹਦੇ ਉਹਨਾਂ ਦਾ ਅੰਜਾਮ ਕੀ ਹੁੰਦਾ, ਪੂਰੀ ਤਵੱਜੋ ਫਰਮਾਣਾ। ਮੇਰੀ ਦੁਆ ਹੈ ਅੱਲਾ ਸਾਨੂੰ ਸਾਰਿਆਂ ਨੂੰ ਪੰਜ ਵਕਤ ਦਾ ਪੱਕਾ ਸੱਚਾ ਨਮਾਜ਼ੀ ਬਣਾ। ਆਮਿਨਾ ਦੇ ਲਾਲ ਸਾਰੀ ਕਹਿਨਾ ਦੇ ਸਰਦਾਰ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ। ਨਬੀ ਪਾਕ ਫਰਮਾਉਂਦੇ ਨੇ, ਜਿਹੜਾ ਬੰਦਾ ਫਜਰ ਦੀ ਨਮਾਜ਼ ਨਹੀਂ ਪੜ੍ਹਦਾ, ਸੁਬਾਹ ਦੀ ਨਮਾਜ਼ ਨਹੀਂ ਪੜ੍ਹਦਾ, ਆਪਣੀ ਚਾਰ ਪਈ ਤੇ ਲੇਟਿਆ ਸੁੱਤਾ ਪਿਆ, ਇਧਰੋਂ ਜਨਾਬ ਸੂਰਜ ਦਲੂ ਹੋ ਗਿਆ, ਇਹਨੂੰ ਕੋਈ ਫਿਕਰ ਹੀ ਨਹੀਂ ਹੈ, ਇਹ ਨਮਾਜ਼ ਨਹੀਂ ਪੜ੍ਹਦਾ। ਨਬੀ ਪਾਕ ਫਰਮਾਉਂਦੇ ਨੇ, ਬਾਲ ਸ਼ਹੀ ਸ਼ੈਤਾਨ ਇਹਦੇ ਕੰਨਾਂ ਅੰਦਰ ਪਿਸ਼ਾਬ ਕੀਤੀ ਜਾ ਰਿਹਾ, ਇਹ ਸੁੱਤਾ ਪਿਆ, ਸ਼ੈਤਾਨ ਦੀ ਲੈਟਰੀਨ ਬਣਿਆ ਪਿਆ, ਸ਼ੈਤਾਨ ਇਹਦੇ ਕੰਨਾਂ ਦੇ ਅੰਦਰ ਪਿਸ਼ਾਬ ਕਰਕੇ ਜਾ ਰਿਹਾ। ਅੱਲਾਹੋ ਅਕਬਰ ਅੱਲਾ। ਉਹ ਮੇਰੇ ਭਾਈਓ, ਕੋਈ ਬੰਦਾ ਪਸੰਦ ਨਹੀਂ ਕਰਦਾ ਇਹ ਸ਼ੈਤਾਨ ਉਹਦੇ ਕੰਨਾਂ ਅੰਦਰ ਪਿਸ਼ਾਬ ਕਰੇ, ਲੇਕਿਨ ਨਬੀ ਪਾਕ ਫਰਮਾ ਰਹੇ ਨੇ, ਜਿਹੜਾ ਬੰਦਾ ਫਜਰ ਟਾਈਮ ਸੁੱਤਾ ਪਿਆ, ਇਧਰੋਂ ਸੂਰਜ ਤਲੂ ਹੋ ਗਿਆ, ਨਮਾਜ਼ ਪੜ੍ਹਨ ਵਾਸਤੇ ਨਹੀਂ ਆਇਆ, ਸ਼ੈਤਾਨ ਇਹਦੇ ਕੰਨਾਂ ਅੰਦਰ ਪਿਸ਼ਾਬ ਕਰ ਜਾਂਦਾ। ਆ ਕੇ ਬੜੀਏ, ਆਮਿਨਾ ਦੇ ਲਾਲ ਸਾਰੀ ਕਹਿਨਾ ਦੇ ਸਰਦਾਰ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਫਰਮਾਉਂਦੇ ਨੇ, ਮਨ ਤਾਰਕਾ ਸਲਾਤ ਅਲ ਅਸਰੀ ਮੁਤਅਮਿਦਨ ਫਕਦ ਹਲਕ ਅਹਲਹੂ ਅਮਾਲਹੂ। ਨਬੀ ਪਾਕ ਫਰਮਾਉਂਦੇ ਨੇ, ਜਿਹੜੇ ਬੰਦੇ ਨੇ ਅਸਰ ਦੀ ਨਮਾਜ਼ ਜਾਣ ਬੁੱਝ ਕੇ ਛੱਡ ਦਿੱਤੀ ਏ, ਅੱਲਾਹੁ ਅਕਬਰ ਅੱਲਾ, ਆਮਦਨ ਜਾਣ ਬੁੱਝ ਕੇ ਅਸਰ ਦੀ ਨਮਾਜ਼ ਨਹੀਂ ਪੜ੍ਹੀ। ਨਬੀ ਪਾਕ ਫਰਮਾਉਂਦੇ ਨੇ, ਇੱਕ ਨਮਾਜ਼ ਦਾ ਇਤਨਾ ਨੁਕਸਾਨ ਏ, ਇੰਨਾ ਨੁਕਸਾਨ ਏ, ਜਿਵੇਂ ਦੇ ਘਰ ਵਾਲੇ ਮਰ ਗਏ ਨੇ ਤੇ ਮਾਲ ਤਬਾਹ ਹੋ ਗਿਆ। ਇੱਕ ਬੰਦੇ ਦੀ ਦੁਕਾਨ ਲੁੱਟੀ ਜਾਏ, ਸਾਰਾ ਮਹੱਲਾ ਇਕੱਠਾ ਹੋ ਜਾਂਦਾ, ਮੀਡੀਆ ਆ ਜਾਂਦਾ, ਇਹ ਫਲਾਂ ਬੰਦੇ ਦਾ ਨੁਕਸਾਨ ਹੋ ਗਿਆ, ਫਲਾਂ ਬੰਦੇ ਦੀ ਦੁਕਾਨ ਚੋਂ ਚੋਰੀ ਹੋ ਗਈ ਏ, ਫਲਾਣੇ ਬੰਦੇ ਦਾ ਮਾਲ ਤਬਾਹ ਹੋ ਗਿਆ, ਯਾ ਅੱਲਾ ਨਾ ਕਰੇ ਕਿਸੇ ਦੇ ਘਰ ਅੰਦਰ ਫੌਤਗੀ ਹੋ ਜਾਣ। ਸਾਰੇ ਲੋਕ ਹਮਦਰਦ ਬਣ ਕੇ ਆ ਜਾਂਦੇ ਨੇ, ਫਲਾਣੇ ਬੰਦੇ ਦੇ ਘਰ ਅੰਦਰ ਫੌਤਗੀ ਹੋ ਗਈ ਏ, ਲੇਕਿਨ ਨਬੀ ਪਾਕ ਫਰਮਾਉਂਦੇ ਨੇ, ਜਿਹੜਾ ਬੰਦਾ
ਸ਼ੈਤਾਨ ਅਸਰ ਦੀ ਨਮਾਜ਼ ਜਾਣ ਬੁੱਝ ਕੇ ਛੱਡ ਦਿੰਦਾ ਹੈ। ਇਹ ਜੀ ਸਮਝੋ ਨਾ ਜਿਵੇਂ ਘਰ ਵਾਲੇ ਵੀ ਮਰ ਗਏ, ਮਾਲ ਵੀ ਤਬਾਹ ਹੋ ਗਿਆ, ਇਤਨਾ ਨੁਕਸਾਨ ਹੈ ਇਕੱਲੀ ਅਸਰ ਦੀ ਨਮਾਜ਼ ਛੱਡਣ ਦਾ। ਅਗਲੀ ਰਵਾਇਤ ਸੁਣਨਾ, ਆਮਿਨਾ ਦੇ ਲਾਲ ਸਾਰੀ ਕਹਿਨਾਤ ਸਰਦਾਰ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਨਬੀ ਪਾਕ ਫਰਮਾਉਂਦੇ ਨੇ, ਮਨ ਤਰਕਾ ਸਲਾਤ ਅਲ ਅਸਰੀਨ ਮੁਤਅੰਮਿਦਨ ਫਕਦ ਹਾਬਿਤਾ ਅਮਲੁਹੁ। ਆਪ ਫਰਮਾਉਂਦੇ ਨੇ ਜਿਹੜਾ ਬੰਦਾ ਅਸਰ ਦੀ ਨਮਾਜ਼ ਜਾਣ ਬੁੱਝ ਕੇ ਛੱਡ ਦਿੰਦਾ, ਨਬੀ ਪਾਕ ਫਰਮਾਉਂਦੇ ਨੇ ਅੱਲਾ ਉਹਦੀ ਜ਼ਿੰਦਗੀ ਦੇ ਸਾਰੇ ਅਮਾਲ ਹੀ ਜ਼ਾਇਆ ਕਰ ਦਿੰਦੇ ਨੇ। ਨਿਸਾਈ ਸ਼ਰੀਫ ਅੰਦਰ ਕਿਤਾਬ ਸਲਾਤ ਦੀ ਅੰਦਰ ਰਵਾਇਤ ਮੌਜੂਦ, ਫਰਮਾਇਆ ਜਿਹੜਾ ਇਨਸਾਨ ਆਮਦਨ ਜਾਨ ਬੁੱਝ ਕੇ ਅਸਰ ਦੀ ਨਮਾਜ਼ ਛੋੜਦਾ, ਅੱਲਾ ਜ਼ਿੰਦਗੀ ਦੇ ਅਮਾਲ ਜ਼ਾਇਆ ਕਰ ਛੱਡਦੇ ਨੇ। ਇੱਥੇ ਪੰਜਾਂ ਦੀ ਪਰਵਾਹ ਕੋਈ ਨਹੀਂ, ਇਹ ਇੱਕ ਦੋ ਛੱਡਣ ਦਾ ਇਤਨਾ ਨੁਕਸਾਨ, ਜ਼ਿੰਦਗੀ ਦੇ ਅਮਾਲ ਬਰਬਾਦ, ਇਤਨਾ ਨੁਕਸਾਨ। ਇੱਕ ਪਾਸੇ ਘਰ ਤਬਾਹ ਹੋ ਜਾਏ, ਮਾਲ ਤਬਾਹ ਹੋ ਜਾਏ, ਇਸ ਬੰਦੇ ਦਾ ਉਤਨਾ ਨੁਕਸਾਨ ਨਹੀਂ ਜਿਤਨਾ ਉਸ ਬੰਦੇ ਦਾ ਨੁਕਸਾਨ ਹੈ ਜਿਹਨੇ ਜਾਣ ਬੁੱਝ ਕੇ ਨਮਾਜ਼ ਛੱਡ ਦਿੱਤੀ ਹੈ। ਔਰ ਇੱਥੇ ਹੀ ਬਸ ਨਹੀਂ, ਇਹ ਸੁਣਿਆ ਜਿਹਦਾ ਧਿਆਨ ਨਾਲ, ਦਿਨ ਕਿਆਮਤ ਆਮਿਨਾ ਦੇ ਲਾਲ ਫਰਮਾਉਂਦੇ ਨੇ, ਅਵਲ ਮਯੂਹਾਸਬ ਬਿਲ ਅਬਦੂ ਯੌਮਲ ਕਿਆਮਾ, ਕਿਆਮਤ ਦੇ ਦਿਨ ਸਭ ਤੋਂ ਪਹਿਲਾਂ ਜਿਹੜੀ ਚੀਜ਼ ਦਾ ਹਿਸਾਬ ਹੋਣਾ ਉਹ ਨਮਾਜ਼ ਹੈ। ਸਭ ਤੋਂ ਪਹਿਲਾਂ ਨਮਾਜ਼ ਦੇ ਬਾਰੇ ਪੁੱਛਿਆ ਜਾਏਗਾ। ਆਪ ਫਰਮਾਉਂਦੇ ਨੇ ਵਾਇਨ ਸਾਲੂ ਹੱਥ ਸਾਲੂ ਹੱਥ ਸਾਈ ਰੂਹਾਂ ਮਾਲੀਹੀਨ, ਅਗਰ ਨਮਾਜ਼ ਦੇ ਇਮਤਿਹਾਨ ਚੋਂ ਕਾਮਯਾਬ ਹੋ ਗਿਆ ਅੱਗੇ ਵੀ ਕਾਮਯਾਬ ਹੋ ਜਾਏਗਾ, ਅਗਰ ਨਮਾਜ਼ ਦੇ ਇਮਤਿਹਾਨ ਚੋਂ ਫੇਲ ਹੋ ਗਿਆ ਅੱਗੇ ਵੀ ਕਾਮਯਾਬੀਆਂ ਔਖੀਆਂ, ਅੱਗੇ ਵੀ ਫੇਲ ਹੁੰਦਾ ਜਾਏਗਾ। ਮੇਰੇ ਭਾਈਓ, ਸਭ ਤੋਂ ਪਹਿਲਾਂ ਨਮਾਜ਼ ਦਾ ਸਵਾਲ ਕੀਤਾ ਜਾਣਾ ਤੇ ਜਿਹੜਾ ਬੰਦਾ ਨਮਾਜ਼ ਪੜ੍ਹਦਾ ਹੈ, ਨਬੀ ਪਾਕ ਫਰਮਾਉਂਦੇ ਨੇ ਮਨ ਹਾਫਜ਼ਾਲ ਸਲਾਵਾਤੀਨ ਕਾਨਤ ਲਹੂ ਨੂਰਨ ਵਾ ਬੁਰਹਾਨੂ ਅਨਜਾਤਨ। ਨਬੀ ਪਾਕ ਫਰਮਾਉਂਦੇ ਨੇ ਜਿਹੜਾ ਬੰਦਾ ਨਮਾਜ਼ ਦੀ ਪਾਬੰਦੀ ਕਰਦਾ, ਨਮਾਜ਼ ਦੀ ਹਿਫਾਜ਼ਤ ਕਰਦਾ, ਆਪ ਫਰਮਾਉਂਦੇ ਨੇ ਇਹਦੇ ਵਾਸਤੇ ਨਮਾਜ਼ ਕੱਲ ਕਿਆਮਤ ਦੇ ਦਿਨ ਬੁਰਹਾਨ ਬਣ ਜਾਏਗੀ, ਯਾਨੀ ਕਿ ਦਲੀਲ ਬਣ ਜਾਏਗੀ, ਢਾਲ ਬਣ ਜਾਏਗੀ, ਕਿਆਮਤ ਦੇ ਅੰਧੇਰੇ ਅੰਦਰ ਰੋਸ਼ਨੀ ਬਣ ਜਾਏਗੀ, ਜਹੰਨਮ ਤੋਂ ਦੀਵਾਰ ਬਣ ਜਾਏਗੀ। ਆਪ ਫਰਮਾਉਂਦੇ ਨੇ ਜਿਹੜਾ ਬੰਦਾ ਨਮਾਜ਼ ਦੀ ਹਿਫਾਜ਼ਤ ਨਹੀਂ ਕਰਦਾ, ਨਮਾਜ਼ ਦੀ ਪਾਬੰਦੀ ਨਹੀਂ ਕਰਦਾ, ਲਈ ਸਲਹੂ ਨੂਰਨ ਵਾਲਾ ਬੁਰਹਾਨਨ ਵਾਲਾ ਨਜਾਤਨ। ਨਬੀ ਪਾਕ ਫਰਮਾਉਂਦੇ ਨੇ ਇਹਦੇ ਵਾਸਤੇ ਨਾ ਹੀ ਕਿਆਮਤ ਦੇ ਦਿਨ ਰੋਸ਼ਨੀ ਹੋਏਗੀ, ਨਾ ਹੀ ਇਹਦੇ ਵਾਸਤੇ ਕੋਈ ਬੁਰਹਾਨ ਹੋਏਗੀ, ਯਾਨੀ ਕਿ ਜਹੰਨਮ ਤੋਂ ਬਚਾਉਣ ਲਈ ਕੋਈ ਇਹਦੇ ਕੋਲ ਚੀਜ਼ ਨਹੀਂ ਹੋਏਗੀ। ਬਲਕਿ ਨਬੀ ਪਾਕ ਫਰਮਾਉਂਦੇ ਨੇ ਵਕਾਨ ਯੌਮਲ ਕਿਆਮਤੀ ਮਾ ਫਿਰ ਆਉਣਾ ਵਹਾਮਾਨਾ ਵਕਾਰੂਨ ਵਉਬੈ ਬਨੁ ਖਲਫਨ। ਨਬੀ ਪਾਕ ਫਰਮਾ
ਆਉਂਦੇ ਨੇ ਬੇਨਮਾਸ਼ ਬੰਦਾ ਜਿਹੜਾ ਕਿਆਮਤ ਵਾਲੇ ਦਿਨ ਫਿਰਾਉਣ ਦੇ ਨਾਲ ਖੜਾ ਹੋਏਗਾ, ਹਮਾਨ ਦੇ ਨਾਲ ਖੜਾ ਹੋਏਗਾ, ਕਾਰੂਨ ਦੇ ਨਾਲ ਖੜਾ ਹੋਏਗਾ, ਉਬੈ ਬਿਨ ਖਲਫ ਦੇ ਨਾਲ ਖੜਾ ਹੋਏਗਾ। ਕੀ ਮਾਲੂਮ ਹੋਇਆ ਬੇਨਮਾਸ਼ ਬੰਦੇ ਨੂੰ ਕੱਲ ਕਿਆਮਤ ਦੇ ਦਿਨ ਮੁਸਲਮਾਨਾਂ ਦੀਆਂ ਸਫਾਂ ਵਿੱਚੋਂ ਕੱਢ ਕੇ ਤੇ ਕਾਫਰਾਂ ਦੇ ਨਾਲ ਖੜਾ ਕੀਤਾ ਜਾਏਗਾ। ਫਿਰਾਉਨ ਨਾਲ ਖੜਾ, ਹਮਾਨ ਨਾਲ ਖੜਾ, ਔਰ ਸਈਦ ਸਾਬਕ ਰਹਿਮਤੁਲਲਾਹ ਅਲੈਹ ਉਹਨਾਂ ਨੇ ਤਖਸੀਸ ਕਰ ਦਿੱਤੀ ਹੈ ਕਿਹੜਾ ਕਿਹੜਾ ਬੇਨਮਾਜ਼ ਕਿਆਮਤ ਨੂੰ ਕਿਸ ਕਿਸ ਕਾਫਰ ਦੇ ਨਾਲ ਖੜਾ ਹੋਏਗਾ। ਫਰਮਾਉਂਦੇ ਨੇ ਅਗਰ ਵਕਤ ਦਾ ਹੁਕਮਰਾਨ ਬੇਨਮਾਜ਼ ਹੈ, ਵਕਤ ਦਾ ਹੁਕਮਰਾਨ ਬੇਨਮਾਜ਼ ਹੈ, ਕੱਲ ਕਿਆਮਤ ਵਾਲੇ ਦਿਨ ਫਿਰਾਉਨ ਦੇ ਨਾਲ ਖੜਾ ਹੋਏਗਾ। ਦੁਆ ਕਰੋ ਅੱਲਾਹ ਸਾਨੂੰ ਨਮਾਜ਼ੀ ਹੁਕਮਰਾਨ ਅਤਾ ਫਰਮਾਏ। ਇੱਥੇ ਤਾਂ ਸਾਡੇ ਹੁਕਮਰਾਨ ਈਦ ਦੀ ਨਮਾਜ਼ ਪੜ੍ਹ ਲੈਣ, ਉਹ ਮੀਡੀਆ ਵਾਲਿਆਂ ਨੂੰ ਦਿਖਾਣੀ ਪੈਂਦੀ ਵੀ ਹੁਕਮਰਾਨ ਸਾਹਿਬ ਮੁਸਲਮਾਨ ਨੇ ਵੇਖੋ ਈਦ ਦੀ ਨਮਾਜ਼ ਪੜ੍ਹ ਰਹੇ ਨੇ। ਹੁਕਮਰਾਨ ਅਗਰ ਬੇਨਮਾਜ਼ ਫਿਰਾਉਨ ਨਾਲ ਖੜਾ ਤੇ ਜਿਹੜਾ ਚੌਧਰੀ ਬੰਦਾ ਹੈ ਨਾ, ਇਹਦੀ ਚਿਦਰਾਹਟ ਇਹਨੂੰ ਨਮਾਜ਼ ਨਹੀਂ ਪੜ੍ਹਨ ਦਿੰਦੀ ਵੀ ਮੈਂ ਚੌਧਰੀ ਹਾਂ, ਮੇਰਾ ਮਸਜਿਦ ਚ ਕੀ ਕੰਮ ਹੈ। ਆ ਫਰਮਾਉਂਦੇ ਨੇ ਚੌਧਰੀ ਕਿਆਮਤ ਵਾਲੇ ਦਿਨ ਹਮਾਨ ਦੇ ਨਾਲ ਖੜਾ ਹੋਵੇਗਾ। ਪੈਸਿਆਂ ਵਾਲਾ ਲੱਖਾਂ ਕਰੋੜਾਂ ਪਤੀ ਬੰਦਾ ਹੈ, ਪੈਸਾ ਬੜਾ, ਦੌਲਤ ਬੜੀ, ਲੇਕਿਨ ਨਮਾਜ਼ ਨਹੀਂ ਪੜ੍ਹਦਾ, ਇਹਦੇ ਪੈਸੇ ਨੂੰ ਨਮਾਜ਼ ਨਹੀਂ ਪੜ੍ਹਨ ਦਿੰਦੇ। ਇਹ ਕਿਆਮਤ ਵਾਲੇ ਦਿਨ ਕਾਰੂਨ ਦੇ ਨਾਲ ਖੜਾ ਹੋਏਗਾ। ਉਹ ਕਿਹੜੇ ਪੈਸਿਆਂ ਤੇ ਮਾਣ ਕਰਨਾ, ਕਿਹੜੇ ਪੈਸਿਆਂ ਦੀ ਵਜ੍ਹਾ ਤੋਂ ਨਮਾਜ਼ ਦੀ ਪਰਵਾਹ ਨਹੀਂ ਕਰਨਾ, ਕਿਸ ਦੌਲਤ ਤੇ ਮਾਨ ਹੈ, ਕਿ ਦੌਲਤ ਤੇਰੀ ਕਿਆ ਤੇਰੇ ਨਾਲ ਕਬਰ ਅੰਦਰ ਤੁਰ ਜਾਏਗੀ, ਕਿਆ ਇਹ ਦੌਲਤ ਤੇਰੀ ਕਿਆਮਤ ਵਾਲੇ ਦਿਨ ਅੱਲਾ ਦੀ ਅਦਾਲਤ ਅੰਦਰ ਤੈਨੂੰ ਬਚਾ ਸਕੇਗੀ, ਕਿਆ ਇਹ ਤੇਰੀ ਦੌਲਤ ਕਬਰ ਦੀ ਅਨੇਰ ਕੋਠੜੀ ਅੰਦਰ ਰੋਸ਼ਨੀ ਦਾ ਸਬਬ ਬਣ ਜਾਏਗੀ, ਨਰਮ ਤੇ ਗਰਮ ਬਿਸਤਰ ਦਾ ਸਬਬ ਬਣ ਜਾਏਗੀ। ਔਰ ਨਹੀਂ ਉਹ ਮੇਰੇ ਭਾਈ, ਇਹ ਦੌਲਤਾਂ ਇੱਥੇ ਰਹਿ ਜਾਣੀਆਂ, ਪੈਸਾ ਰੁਪਇਆ ਇੱਥੇ ਰਹਿ ਜਾਣਾ, ਤੇਰੇ ਨਾਲ ਜਾਣਾ ਤੇ ਤੇਰੀਆਂ ਪੜੀਆਂ ਹੋਈਆਂ ਨਮਾਜ਼ਾਂ ਨੇ ਨਾਲ ਜਾਣਾ। ਕਦੇ ਕੋਈ ਪੈਸੇ ਨਾਲ ਲੱਗਿਆ? ਬੋਲਦੇ ਨਹੀਂ। ਆ ਫਰਮਾਉਂਦੇ ਨੇ ਜਦੋਂ ਬੰਦਾ ਫੌਤ ਹੋ ਜਾਂਦਾ ਨਾ, ਕਬਰ ਤੱਕ ਇਹਦੇ ਨਾਲ ਤਿੰਨ ਚੀਜ਼ਾਂ ਜਾਂਦੀਆਂ, ਇਹਦੇ ਰਿਸ਼ਤੇਦਾਰ ਜਾਂਦੇ ਨੇ, ਇਹਦਾ ਮਾਲ ਜਾਂਦਾ ਤੇ ਇਹਦੇ ਨੇਕ ਅਮਾਲ ਜਾਂਦੇ ਨੇ। ਲੇਕਿਨ ਇਹਨੂੰ ਕਬਰ ਚ ਪਾ ਕੇ ਰਿਸ਼ਤੇਦਾਰ ਵੀ ਮੁੜ ਆਉਂਦੇ ਨੇ, ਮਾਲ ਵੀ ਮੁੜ ਆਉਂਦਾ, ਇਹਦੇ ਨਾਲ ਜਾਂਦੇ ਨੇ ਤੇ ਨੇਕ ਅਮਾਲ ਜਾਂਦੇ ਨੇ, ਬਾਕੀ ਸਭ ਇੱਥੇ ਰਹਿ ਜਾਂਦਾ। ਜਿਹਨੇ ਸਮਝਾਈ ਨਾ, ਐਸ ਅੰਦਾਜ਼ ਨਾਲ ਸਮਝ ਲਓ। ਫਰਮਾਉਂਦੇ ਨੇ ਓਏ ਦੇ ਕੇ ਗੁਸਲ ਗਲ ਵਿੱਚ ਐ ਕਫਨੀ ਚਪਾਈਆ ਲੈ ਓਏ ਵੀਰਾ ਤੇਰੀ ਅਯੋਈ ਕਮਾਈਆ। ਲੱਖਾਂ ਕਰੋੜਾਂ ਕਮਾਇਆ, ਦੌਲਤਾਂ ਬੜੀਆਂ ਇਕੱਠੀਆਂ ਕੀਤੀਆਂ, ਲੇਕਿਨ ਅੱਜ ਦੁਨੀਆਂ ਤੋਂ ਜਾ ਰਿਹਾ ਤੇ ਨਾਲ ਕੀ ਲੈ ਕੇ ਜਾ ਰਿਹਾ? ਇਹਨਾਂ ਸਾਰੀਆਂ ਦੌਲਤਾਂ ਦੇ ਵਿੱਚੋਂ ਇਹਦੇ ਹਿੱਸੇ ਕੀ ਆਇਆ, ਇਹਨੂੰ ਕੀ ਮਿਲਿਆ? ਫਰਮਾਉਂਦੇ ਨੇ ਦੇ ਕੇ ਉਸਲ ਗਲ ਵਿੱਚ ਐ ਕਫਨੀ ਚਾ ਪਾਈਆ ਲੈ ਓਏ ਵੀਰਾ ਤੇਰੀ ਆਈ ਓਈ ਕਮਾਈਆ।
ਛੋੜ ਕੇ ਚੱਲੇ ਤੇਰੇ ਭੈਣਾਂ ਤੇ ਪਾਈਆਂ, ਕਿਸੇ ਵੀ ਸਾਥ ਦਿੱਤਾ ਨਹੀਂ। ਇਹ ਹਾਜੀ ਸਾਹਿਬ, ਇਹ ਚੌਧਰੀ ਸਾਹਿਬ, ਇਹਨਾਂ ਨੂੰ ਅੱਜ ਕੀ ਬਣ ਗਿਆ, ਅੱਜ ਇਹਨਾਂ ਨੂੰ ਕੀ ਹੋ ਗਿਆ? ਉੱਡ ਗਿਆ ਤੋਤਾ ਜਿਹੜਾ, ਇਹ ਬੋਲੀਆਂ ਸੀ ਪਾਵਦਾਂ, ਰਹਿ ਗਿਆ ਪਿੰਜਰਾ ਖਾਲੀ, ਡਰ ਪਿਆ ਆਵਦਾਂ, ਸੱਕੇ ਤੋਂ ਸੱਕਾ ਕੋਈ ਹੱਥ ਨਹੀਂ ਲਾਵਦਾਂ, ਟੁੱਟ ਗਏ ਰਿਸ਼ਤੇ ਦੂਰ ਤਾਂ। ਮੇਰੇ ਵੀਰ, ਜਿਹੜੀ ਦੌਲਤ ਮਾਣ ਕਰਨਾ, ਜਿਹੜੇ ਪੈਸੇ ਰੁਪਈਏ ਤੇ ਮਾਣ ਰੱਖ ਕੇ ਨਮਾਜ਼ ਨਹੀਂ ਉਹ ਪੜਦਾ, ਇਹ ਤੇਰੇ ਕਿਸੇ ਕੰਮ ਨਹੀਂ ਆਉਣਾ। ਇਹ ਵਾਰਸਾਂ ਨੇ ਲੈ ਜਾਣ, ਇਹ ਵਿਰਾਸਤਾਂ ਤਕਸੀਮ ਹੋ ਜਾਣੀਆਂ ਨੇ। ਐਵੇਂ ਪੈਸੇ ਪਿੱਛੇ ਲੱਗ ਕੇ ਨਮਾਜ਼ ਨਹੀਂ ਪੜਨਾ, ਐਵੇਂ ਪੈਸੇ ਦੀ ਵਜ੍ਹਾ ਤੋਂ ਨਮਾਜ਼ ਛੋੜੀ ਬੈਠਾ। ਅਗਲੀ ਗੱਲ ਸੁਣ ਲੈ, ਗੱਲ ਤੇਰੀ ਮੇਰੀ ਵੀ ਕਰਾਂ। ਨਬੀ ਪਾਕ ਫਰਮਾਉਂਦੇ ਨੇ, ਜਿਹੜਾ ਆਪ ਫਰਮਾਉਂਦੇ ਨੇ, ਕਈ ਬੇਨਮਾਜ਼ ਕਿਆਮਤ ਨੂੰ ਉਬੈ ਬਿਨ ਖਲਫ ਦੇ ਨਾਲ ਖੜੇ ਹੋਣਗੇ। ਸੈਯਦ ਸਾਬਕ ਰਹਿਮਤੁੱਲਾ ਅਲੈਹ ਫਰਮਾਉਂਦੇ ਨੇ, ਜਿਹੜੇ ਬੰਦੇ ਦੀ ਦੁਕਾਨ ਇਹਨੂੰ ਨਮਾਜ਼ ਨਹੀਂ ਪੜਨ ਦਿੰਦੀ, ਇਹਦਾ ਕਾਰੋਬਾਰ ਨਮਾਜ਼ ਨਹੀਂ ਪੜਨ ਦਿੰਦਾ, ਇਹਦੀ ਮੁਲਾਜ਼ਮਤ, ਇਹਦੀ ਡਿਊਟੀ ਇਹਨੂੰ ਨਮਾਜ਼ ਨਹੀਂ ਪੜਨ ਦਿੰਦੀ, ਇਮਾਮ ਸਾਹਿਬ ਫਰਮਾਉਂਦੇ ਨੇ, ਐਸਾ ਇਨਸਾਨ ਕਿਆਮਤ ਨੂੰ ਉਬੈ ਬਿਨ ਖਲਫ ਕਾਫਰ ਦੇ ਨਾਲ ਖੜਾ ਹੋਏਗਾ। ਇੱਥੇ ਕਿਸੇ ਦੁਕਾਨਦਾਰ ਨੂੰ ਕਹਿ ਦਈਏ, ਭਾਈ ਜਾਨ ਆਓ ਨਮਾਜ਼ ਪੜ੍ਹ ਲਓ, ਆਂਦਾ ਹਜ਼ਰਤ ਸਾਹਿਬ ਤੁਹਾਡੇ ਪਿੱਛੇ ਲੱਗ ਕੇ ਬੱਚਿਆਂ ਨੂੰ ਭੁੱਖਿਆਂ ਮਾਰ ਦਈਏ, ਅਗਰ ਦੁਕਾਨ ਬੰਦ ਕਰ ਦਿਆਂਗੇ, ਕਮਾਵਾਂਗੇ ਕਿੱਥੋਂ ਤੇ ਖਾਵਾਂਗੇ ਕਿੱਥੋਂ? ਉਹ ਮੇਰੇ ਭਾਈ, ਜਦੋਂ ਤੂੰ ਤੁਰ ਜਾਣ, ਫਿਰ ਤੇਰੇ ਬੱਚਿਆਂ ਨੂੰ ਕੌਣ ਖਿਲਾਏਗਾ? ਅਗਰ ਅੱਲਾਹ ਵੱਲੋਂ ਪੈਗਾਮੇ ਅਜਲ ਆ ਗਿਆ, ਫਿਰ ਕੌਣ ਕਮਾਈਆਂ ਕਰਕੇ ਦੇਵੇਗਾ? ਅੱਲਾਹੋ ਅਕਬਰ ਅੱਲਾਹ। ਆ ਸੁਣ ਲਓ ਧਿਆਨ ਨਾਲ, ਆ ਫਰਮਾਉਂਦੇ ਨੇ, ਇਹ ਬੇਨਮਾਜ਼ ਨੇ, ਅੱਜ ਕਿਆਮਤ ਦਾਦੇ ਨੇ, ਇਹਨਾਂ ਨੂੰ ਮੁਸਲਮਾਨਾਂ ਦੀਆਂ ਸਫਾਂ ਚੋਂ ਕੱਢ ਦਿੱਤਾ ਗਿਆ, ਫਿਰਾਉਣ ਦੇ ਨਾਲ ਖੜਾ ਕੀਤਾ ਗਿਆ, ਹਮਾਨ ਨਾਲ ਖੜਾ ਕੀਤਾ ਗਿਆ, ਉਬੈ ਬਿਨ ਖਲਫ ਦੇ ਨਾਲ ਖੜਾ ਕੀਤਾ ਗਿਆ। ਅੱਲਾਹੋ ਅਕਬਰ ਅੱਲਾਹ। ਆ ਫਰਮਾਉਂਦੇ ਨੇ, ਕਿਆਮਤ ਦੇ ਦਿਨ ਅੱਲਾਹ ਪਾਕ ਆਪਣੀ ਪਿੰਡਲੀ ਤੋਂ ਨੂਰ ਦੇ ਪਰਦੇ ਪਿਛਾਂ ਹਟਾ ਦੇਣਗੇ, ਆਵਾਜ਼ ਲੱਗ ਜਾਏਗੀ, ਔਰ ਲੋਗੋ ਅੱਲਾਹ ਪਾਕ ਦੀ ਪਿੰਡਲੀ ਦਾ ਦੀਦਾਰ ਕਰ ਲੋ। ਯੌਮਾ ਯੁਕਸ਼ਫੁ ਅਨ ਸਾਕਿਨ ਵਯੁਦਉਨਾ ਇਲਾ ਸੁਜੂਦੀ ਫਲਾ ਯਸਤਤੀਉਨ। ਲੋਕ ਅੱਲਾਹ ਪਾਕ ਦੀ ਪਿੰਡਲੀ ਦਾ ਦੀਦਾਰ ਕਰਨਗੇ, ਅੱਲਾਹੋ ਅਕਬਰ ਅੱਲਾਹ, ਆਵਾਜ਼ ਲੱਗ ਜਾਏਗੀ, ਜਿੰਨਾ ਅੱਲਾਹ ਪਾਕ ਦੀ ਪਿੰਡਲੀ ਦਾ ਦੀਦਾਰ ਕਰ ਲਿਆ, ਅੱਲਾਹ ਨੂੰ ਸਜਦੇ ਪੈ ਜਾਓ, ਸਜਦੇ ਅੰਦਰ ਸਿਰ ਸੁੱਟ ਦਿਓ। ਆ ਸੁਣਿਆ ਜੇ ਧਿਆਨ ਨਾਲ, ਲੋਕ ਸਜਦੇ ਪੈ ਜਾਣਗੇ, ਕਈ ਐਸੇ ਬੰਦੇ ਹੋਣਗੇ ਇਹਨਾਂ ਨੂੰ ਸਜਦਾ ਕਰਨਾ ਨਸੀਬ ਨਹੀਂ ਹੋਏਗਾ, ਇਹਨਾਂ ਦੀ ਕਮਰ ਹੱਡੀ ਦੀ ਬਣ ਜਾਏਗੀ, ਜਾਂ ਤਾਂਬੇ ਤੇ ਪਿੱਤਲ ਦੀ ਬਣ ਜਾਏਗੀ, ਤਖਤੇ ਦੀ ਬਣ ਜਾਏਗੀ। ਇਹ ਸਜਦਾ ਕਰਨ ਦੀ ਬਜਾਏ ਪੇਸ਼ਾਨ ਨੂੰ ਗਿਰ ਜਾਣਗੇ, ਇਹ ਸਜਦਾ ਨਹੀਂ ਕਰ ਸਕਣਗੇ। ਯਾ ਅੱਲਾਹ, ਬੰਦੇ ਕੌਣ ਨੇ ਜਿਹੜੇ ਅੱਜ ਤੈਨੂੰ ਸਜਦਾ ਨਹੀਂ ਕਰ ਸਕੇ? ਆਵਾਜ਼ ਆਏਗੀ, ਜਿੰਨਾ ਦੁਨੀਆ ਦੀ ਜ਼ਿੰਦਗੀ ਅੰਦਰ ਮੈਨੂੰ ਸਜਦਾ ਕੀਤਾ ਹੀ ਨਹੀਂ, ਅੱਜ ਉਹਨਾਂ ਦੇ ਸਜਦੇ ਦੀ ਮੈਨੂੰ ਲੋੜ ਹੀ ਕੋਈ ਨਹੀਂ, ਇਹਨਾਂ ਦੁਨੀਆਂ ਤੇ ਕਦੇ ਨਹੀਂ ਸੀ ਕੀਤਾ, ਤੇ ਅੱਜ ਇਹਨਾਂ ਦੇ ਸਜਦਿਆਂ ਨੂੰ ਮੈਂ ਕੀ ਕਰਨਾ? ਯਾ ਉਹ ਲੋਕ ਹੋਣਗੇ
ਜਿਹੜੇ ਦੁਨੀਆਂ ਦੀ ਜ਼ਿੰਦਗੀ ਅੰਦਰ ਨਮਾਜ਼ ਪੜ੍ਹਦੇ ਰਹਿਣ, ਸਜਦੇ ਕਰਦੇ ਰਹਿਣ, ਲੇਕਿਨ ਰਿਆਕਾਰੀ ਨਾਲ ਲੋਕਾਂ ਨੂੰ ਦਿਖਲਾਉਣ ਵਾਸਤੇ ਦਿਖਲਾਵੇ ਦੀਆਂ ਨਮਾਜ਼ਾਂ ਪੜ੍ਹੀਆਂ, ਰਿਆਕਾਰੀ ਦੀਆਂ ਨਮਾਜ਼ਾਂ ਪੜ੍ਹੀਆਂ, ਆਵਾਜ਼ ਆਏਗੀ ਇਹ ਰਿਆਕਾਰੀ ਦੀਆਂ ਨਮਾਜ਼ਾਂ ਪੜ੍ਹਦੇ ਰਹੇ ਨੇ, ਲੋਕਾਂ ਨੂੰ ਦਿਖਾਉਣ ਵਾਸਤੇ ਪੜ੍ਹਦੇ ਰਹੇ ਨੇ, ਇਹਨਾਂ ਦੁਨੀਆਂ 'ਤੇ ਜਿਹੜੀਆਂ ਪੜ੍ਹੀਆਂ ਉਹ ਵੀ ਲੋਕਾਂ ਵਾਸਤੇ ਪੜ੍ਹੀਆਂ ਸਨ, ਅੱਜ ਇਹਨਾਂ ਦੇ ਸਜਦਿਆਂ ਦੀ ਮੈਨੂੰ ਲੋੜ ਹੀ ਕੋਈ ਨਹੀਂ। ਇਸ ਵਾਸਤੇ ਮੇਰੇ ਭਾਈ ਨਮਾਜ਼ ਇੰਜ ਪੜ੍ਹੋ ਜਿਵੇਂ ਅਸੀਂ ਆਪਣੇ ਰੱਬ ਨੂੰ ਵੇਖ ਰਹੇ ਹਾਂ, ਇੰਜ ਪੜ੍ਹਨੀ ਚਾਹੀਦੀ ਹੈ। ਹੁਣ ਬੰਦਾ ਸਾਹਮਣੇ DSP ਦੇ ਸਾਹਮਣੇ ਖੜਾ ਹੋਵੇ, MP MLA ਦੇ ਸਾਹਮਣੇ ਖੜਾ ਹੋਵੇ ਤੇ ਕਿਵੇਂ ਖੜਾ ਹੁੰਦਾ? ਪੂਰਾ ਚੁਕੰਨਾ ਹੋ ਕੇ ਇਹਦੀ ਸਾਰੀ ਤਵੱਜੋ ਦੇ ਵੱਲ ਹੁੰਦੀ ਹੈ ਤੇ ਵੀ ਕੋਈ ਕਮੀ ਕੁਦਾਈ ਸੁਸਤੀ ਹੋਈ ਨਾ, ਮੈਨੂੰ ਕਿਤੇ ਡਾਂਟ ਨਾ ਦੇ। ਔਰ ਮੇਰੇ ਭਾਈਓ, ਇੱਕ ਦੁਨੀਆਦਾਰ ਬੰਦੇ ਦੇ ਸਾਹਮਣੇ ਖੜੇ ਹੋਣ ਲੱਗਿਆਂ ਏਡੇ ਖੁਸ਼ੂ ਖਜ਼ੂ ਦੇ ਨਾਲ ਖੜੇ ਹੁੰਦੇ ਹਾਂ ਅਤੇ ਮਾਲਕ ਦੇ ਸਾਹਮਣੇ ਜਦੋਂ ਖੜੇ ਹੋਣਾ ਹੁੰਦਾ, ਖੜੇ ਅਸੀਂ ਮਸਜਿਦ 'ਚ ਹੁੰਦੇ ਹਾਂ, ਧਿਆਨ ਦੁਕਾਨ 'ਤੇ ਹੁੰਦਾ, ਤਵੱਜੋ ਜਨਾਬ ਕਿਤੇ ਹੁੰਦੀ ਹੈ, ਸਾਰੀ ਦੁਕਾਨ ਦੇ ਹਿਸਾਬ ਅਸੀਂ ਆਪਣੀ ਨਮਾਜ਼ 'ਚ ਨਿਬੇੜ ਛੱਡਦੇ ਹਾਂ। ਇੰਝ ਹੀ ਹੈ ਨਾ, ਖੜਾ ਕਿਤੇ ਖਿਆਲ ਕਿਤੇ ਸੋਚਾਂ ਕਿਤੇ ਅੱਲਾਹੁ ਅਕਬਰ। ਇੰਜ ਨਮਾਜ਼ ਪੜ੍ਹਿਆ ਕਰੋ ਜਿਵੇਂ ਅਸੀਂ ਆਪਣੇ ਰੱਬ ਨੂੰ ਵੇਖ ਰਹੇ ਹਾਂ। ਜੇ ਇੰਨਾ ਖੁਸ਼ੂ ਨਹੀਂ ਨਾ ਹੁੰਦਾ ਫਿਰ ਕੰਮ ਅਜ਼ ਕੰਮ ਇਹ ਤੇ ਸੋਚਿਆ ਕਰੋ ਕਿ ਸਾਡਾ ਰੱਬ ਸਾਨੂੰ ਵੇਖ ਰਿਹਾ, ਸਾਡਾ ਰੱਬ ਸਾਨੂੰ ਵੇਖ ਰਿਹਾ। ਤੇ ਅਗਲੀ ਗੱਲ ਸਰਕਾਰ ਫਰਮਾਉਂਦੇ ਨੇ, ਇੰਜ ਨਮਾਜ਼ ਪੜ੍ਹੋ ਜਿਵੇਂ ਜ਼ਿੰਦਗੀ ਦੀ ਆਖਰੀ ਨਮਾਜ਼ ਪੜ੍ਹ ਰਹੇ ਹੋ। ਮਗਰ ਪੜੀ ਪਤਾ ਨਹੀਂ ਸਾਹ ਪੜਨੀ ਨਸੀਬ ਹੋਣੀ ਹੈ ਕਿ ਨਹੀਂ। ਉਹ ਇੰਜ ਹੁੰਦਾ, ਲੋਕ ਆਂਦੇ ਨੇ ਮਗਰ ਪੜ ਕੇ ਗਿਆ ਸਾਡੇ ਨਾਲ ਚੰਗਾ ਭਲਾ ਸੀ, ਸਾਹ ਤੱਕ ਅਟੈਕ ਹੋਇਆ ਫੌਤ ਹੋ ਗਿਆ। ਇਹ ਸਾਹ ਪੜ ਕੇ ਗਿਆ ਫਜਰ ਟਾਈਮ ਖਬਰ ਆ ਜਾਂਦੀ ਫਲਾਂ ਬੰਦਾ ਫੌਤ ਹੋ ਗਿਆ। ਔਰ ਮੇਰੇ ਭਾਈ ਇਸ ਤਰ੍ਹਾਂ ਨਮਾਜ਼ ਪੜ੍ਹਿਆ ਕਰੋ ਜਿਵੇਂ ਜ਼ਿੰਦਗੀ ਦੀ ਆਖਰੀ ਨਮਾਜ਼ ਪੜ੍ਹ ਰਹੇ ਹੋ। ਪਤਾ ਨਹੀਂ ਅਗਲੀ ਨਮਾਜ਼ ਪੜ੍ਹਨੀ ਨਸੀਬ ਹੋਣੀ ਹੈ ਕਿ ਨਹੀਂ। ਅੱਲਾਹੁ ਅਕਬਰ ਅੱਲਾਹ। ਇਹ ਸੁਣੋ ਜ਼ਰਾ ਧਿਆਨ ਨਾਲ, ਜਿਹੜਾ ਬੇਨਮਾਜ਼ ਬੰਦਾ ਹੈ ਉਹਦਾ ਅੰਜਾਮ ਕਿਆ ਹੈ? ਦੁਨੀਆਂ ਅੰਦਰ ਵੀ ਜ਼ਿਲਤ ਹੈ, ਆਖਰਤ ਦੇ ਅੰਦਰ ਵੀ ਜ਼ਿਲਤ ਹੈ, ਦੁਨੀਆਂ ਅੰਦਰ ਵੀ ਰਸਵਾਈ, ਕਿਆਮਤ ਦੇ ਦਿਨ ਵੀ ਰਸਵਾਈ। ਲੋ ਆਖਰੀ ਗੱਲਾਂ ਸੁਣੋ ਤੇ ਬਾਤ ਮੁਕਾਈਏ। ਆਮਿਨਾ ਦੇ ਲਾਲ ਸਾਰੀ ਕਾਇਨਾਤ ਦੇ ਸਰਦਾਰ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਨਬੀ ਪਾਕ ਤੇ ਜਿਹੜਾ ਕੁਰਾਨ ਨਾਜ਼ਲ ਹੋਇਆ, ਅੱਲਾ ਨੇ ਇੱਕ ਨਕਸ਼ਾ ਬਿਆਨ ਕੀਤਾ ਹੈ ਕਿ ਕਿਆਮਤ ਦਾ ਦਿਨ ਹੋਏਗਾ, ਜੰਨਤੀ ਲੋਕ ਜੰਨਤ ਦੇ ਅੰਦਰ ਚਲੇ ਜਾਣਗੇ, ਜਹਨਮੀ ਲੋਕ ਜਹਨਮ ਦੇ ਅੰਦਰ ਚਲੇ ਜਾਣਗੇ। ਅੱਲਾਹੁ ਅਕਬਰ ਅੱਲਾ, ਜੰਨਤ ਦੇ ਅੰਦਰ ਬੈਠਿਆਂ ਬੈਠਿਆਂ ਇਲਾਹਾਬਾਦ ਦੇ ਖਿਆਲ ਆ ਜਾਣਗੇ, ਦੁਨੀਆ ਯਾਦ ਆ ਜਾਏਗੀ, ਲੋਕ ਕਹਿਣਗੇ ਯਾ ਅੱਲਾ ਫੁਲਾਂ ਮੇਰਾ ਹਮਸਾਇਆ ਅੱਜ ਜੰਨਤ 'ਚ ਨਜ਼ਰ ਨਹੀਂ ਆ ਰਿਹਾ, ਫੁਲਾਂ ਦੁਕਾਨਦਾਰ ਅੱਜ ਜੰਨਤ ਦੇ ਅੰਦਰ ਨਜ਼ਰ ਨਹੀਂ ਆ ਰਿਹਾ, ਯਾ ਅੱਲਾ ਫੁਲਾਂ ਫੁਲਾਂ ਬੰਦਾ ਅੱਜ ਜੰਨਤ ਦੇ ਅੰਦਰ ਨਹੀਂ ਦਿਸ ਰਿਹਾ, ਯਾ ਅੱਲਾ ਅਸੀਂ ਮੌਜਾਂ ਦੀ ਜ਼ਿੰਦਗੀ ਮਾਣਨੇ ਪਏ ਹਾਂ, ਉਹ ਕਿੱਥੇ ਚਲੇ ਗਏ ਨੇ? ਆਵਾਜ਼ ਆਏਗੀ, ਐ ਮੇਰੇ ਜੰਨਤੀ ਸ਼ਹਿਜ਼ਾਦਿਓ, ਉਹ ਤੇ ਕਈਆਂ ਸਾਲਾਂ ਤੋਂ ਜਹੰਨਮ ਦਾ ਬਾਲਣ ਬਣ ਚੁੱਕੇ ਨੇ।
ਉਹ ਤਾਂ ਜਹੰਨਮ ਦੀ ਅੱਗ ਬਣੇ ਪੈ ਨੇ, ਉਹ ਤੇ ਜਹੰਨਮ ਦੇ ਅੰਦਰ ਸੜਦੇ ਪੈ ਨੇ। ਜੰਤੀ ਬੰਦੇ ਕਹਿਣਗੇ, ਯਾ ਅੱਲਾ ਸਾਡੀ ਉਹਨਾਂ ਨਾਲ ਮੁਲਾਕਾਤ ਕਰਵਾ ਦਿਓ, ਅਸੀਂ ਉਹਨਾਂ ਨੂੰ ਪੁੱਛ ਲਈਏ ਅਸੀਂ ਜੰਨਤ ਦੇ ਅੰਦਰ ਆ ਗਏ ਹਾਂ, ਤੁਸੀਂ ਜਹੰਨਮ ਦਾ ਬਾਲਣ ਕਿਉਂ ਬਣ ਗਏ ਹੋ, ਜਹੰਨਮ ਦੇ ਅੰਦਰ ਕਿਉਂ ਸੜਦੇ ਪਏ ਹੋ। ਅੱਲਾ ਪਾਕ ਜੰਤੀ ਬੰਦਿਆਂ ਦੀ ਇਹਨਾਂ ਨਾਲ ਮੁਲਾਕਾਤ ਕਰਵਾ ਦੇਣਗੇ, ਜਹਨਮੀਆਂ ਨਾਲ ਮੁਲਾਕਾਤ ਹੋ ਜਾਏਗੀ। ਇਹ ਤੇ ਅੱਲਾ ਹੀ ਜਾਣਦੇ ਨੇ ਕਿਵੇਂ ਅੱਲਾ ਪਾਕ ਗੱਲ ਕਰਵਾਉਣਗੇ। ਜੰਤੀ ਬੰਦੇ ਕਹਿਣਗੇ, ਹਾਂ ਵੀ ਗੱਲ ਕੀ ਹੈ, ਦੁਨੀਆਂ ਦੀ ਜ਼ਿੰਦਗੀ ਅੰਦਰ ਹੀ ਇਕੱਠੇ ਰਹਿੰਦੇ ਸਨ, ਹਮਸਾਏ ਇੱਕ ਦੂਸਰੇ ਦੇ, ਦੁਕਾਨਦਾਰ ਇੱਕ ਦੂਸਰੇ ਦੇ ਗਵਾਂਢੀ ਸਨ, ਰਿਸ਼ਤੇਦਾਰੀਆਂ ਸਨ, ਤਾਲੁਕਾ ਸੀ, ਅਸੀਂ ਜੰਨਤ ਦੇ ਅੰਦਰ ਆ ਗਏ ਹਾਂ, ਤੁਸੀਂ ਜਹੰਨਮ ਦਾ ਬਾਲਣ ਬਣ ਗਏ ਹੋ, ਇਹ ਕੀ ਮਾਮਲਾ, ਕੀ ਵਜ੍ਹਾ, ਮਾ ਸਾਲਾ ਕਾ ਕੁਮ ਫੀ ਸਕਰ, ਕਿਹੜੀ ਚੀਜ਼ ਤੁਹਾਨੂੰ ਜਹੰਨਮ ਦੇ ਅੰਦਰ ਲੈ ਕੇ ਚਲੀ ਗਈ ਹੈ। ਇਹ ਜਹੰਨਮੀ ਲੋਕ ਕਹਿਣਗੇ, ਸਾਡਾ ਪਹਿਲਾ ਤੇ ਜੁਰਮ ਇਹ ਵੇ, ਲਮ ਨਕੁਮ ਮਿਨਲ ਮੁਸੱਲੀਨ, ਜਦੋਂ ਅਦਾਨ ਦਾ ਟਾਈਮ ਹੁੰਦਾ, ਜਦੋਂ ਨਮਾਜ਼ ਦਾ ਟਾਈਮ ਹੁੰਦਾ, ਤੁਸੀਂ ਆਪਣੀ ਦੁਕਾਨ ਛੋੜ ਕੇ, ਆਪਣੀ ਮਜਲਿਸ ਛੋੜ ਕੇ, ਆਪਣਾ ਨਰਮ ਤੇ ਗਰਮ ਬਿਸਤਰ ਛੋੜ ਕੇ ਤੁਸੀਂ ਨਮਾਜ਼ ਪੜ੍ਹਨ ਵਾਸਤੇ ਚਲੇ ਜਾਂਦੇ, ਅਸੀਂ ਆਪਣੀਆਂ ਦੁਕਾਨਾਂ ਤੇ ਬੈਠੇ ਰਹਿੰਦੇ, ਆਪਣੇ ਕਾਰੋਬਾਰ ਦੇ ਅੰਦਰ ਮਸਰੂਫ ਰਹਿੰਦੇ, ਅਸੀਂ ਆਪਣੀ ਨੀਂਦ ਹੀ ਪੂਰੀ ਕਰਦੇ ਰਹਿੰਦੇ, ਸਾਡਾ ਤੇ ਤੁਹਾਡਾ ਫਰਕ ਏਵੇ, ਤੁਸੀਂ ਪੱਕੇ ਨਮਾਜ਼ੀ ਸੀ ਤੇ ਅਸੀਂ ਪੱਕੇ ਬੇਨਮਾਜ਼ ਸੀ, ਸਾਡਾ ਤੁਹਾਡਾ ਫਰਕ ਇਹ ਵੇ ਕਿ ਅਸੀਂ ਨਮਾਜ਼ ਨਹੀਂ ਸਾਂ ਪੜ੍ਹਦੇ। ਅੱਲਾਹੁ ਅਕਬਰ, ਅੱਲਾਹ, ਇਹ ਜਹੰਨਮ ਚ ਸੜ ਰਹੇ ਨੇ। ਤੇ ਫਿਰ ਪਤਾ ਕੀ ਹੋਏਗਾ, ਕਹਿਣਗੇ ਯਾਰ ਦੁਨੀਆਂ ਤੇ ਸਾਲਨ ਘਰ ਥੁੜ ਜਾਏ ਨਾ, ਹਮਸਾਇਆਂ ਕੋਲੋਂ ਬੰਦਾ ਮੰਗ ਲੈ, ਕੋਈ ਸ਼ੈ ਕਰਨਾ ਹੋਵੇ, ਰੋਟੀ ਨਾ ਹੋਵੇ ਕਿਸੇ ਟਾਈਮ, ਹਮਸਾਇਆਂ ਕੋਲੋਂ ਵੀ ਬੰਦਾ ਮੰਗ ਲੈਂਦਾ। ਤੇ ਦੁਨੀਆਂ ਤੇ ਬੜੇ ਗਹਿਰੇ ਤਲਕ ਸੀ, ਬੜੀਆਂ ਮੁਹੱਬਤਾਂ ਸੀ, ਤੇ ਅਸੀਂ ਹਜ਼ਾਰਾਂ ਸਾਲ ਹੋ ਗਏ ਨੇ ਜਹੰਨਮ ਦਾ ਬਾਲਣ ਬਣਿਆ, ਤੇ ਪਿਆਸ ਬੜੀ ਲੱਗੀ ਏ, ਭੁੱਖ ਬੜੀ ਲੱਗੀ ਏ, ਤੇ ਇੰਜ ਕਰੋ ਸਾਨੂੰ ਖਾਣ ਲਈ ਕੁਛ ਆਈ ਦੇ ਛੱਡੋ, ਤੁਹਾਡੇ ਕੋਲ ਤੇ ਦਰਿਆ ਵਗ ਰਹੇ ਨੇ, ਨਹਿਰਾਂ ਚੱਲ ਰਹੀਆਂ ਨੇ, ਦੁੱਧ ਦੀਆਂ, ਸ਼ਰਾਬ ਦੀਆਂ, ਪਾਣੀ ਦੀਆਂ, ਸ਼ਹਿਦ ਦੀਆਂ ਨਹਿਰਾਂ ਚੱਲ ਰਹੀਆਂ ਨੇ, ਬਾਗਾਤ ਨੇ, ਹਰ ਚੀਜ਼ ਖਾਣ ਵਾਸਤੇ ਵਾਧੂ ਹੈ, ਇੰਜ ਕਰੋ ਥੋੜਾ ਜਿਹਾ ਕੋਈ ਪਾਣੀ ਘੱਲ ਦਿਓ ਜਾਂ ਕੁਛ ਹੈ ਹੀ ਘੱਲ ਦਿਓ, ਆਵਾਜ਼ ਆਏਗੀ, ਉਹ ਮੇਰੇ ਜੰਤੀ ਬੰਦੇ ਹੋ, ਵੇਖਿਆ ਜੇ ਰਿਸ਼ਤੇਦਾਰੀਆਂ ਤਾਲੁਕਾਤ ਦੇਖ ਕੇ ਇਹਨਾਂ ਨੂੰ ਪਾਣੀ ਨਾ ਦਿਆ ਜੇ, ਜੰਨਤ ਦੀ ਕੋਈ ਨਿਮਤ ਨਾ ਦਿਆ ਜੇ, ਮੈਂ ਜੰਨਤ ਦੀਆਂ ਨਿਮਤਾਂ ਜਹਨਮੀਆਂ ਉੱਤੇ ਹਰਾਮ ਕਰ ਛੱਡੀਆਂ ਨੇ। ਇਹ ਜੰਨਤ ਦਾ ਪਾਣੀ ਨਹੀਂ ਪੀ ਸਕਦੇ, ਇਹ ਜੰਨਤ ਦੀ ਕੋਈ ਸ਼ੈ ਨਹੀਂ ਖਾ ਸਕਦੇ। ਫਿਰ ਪਤਾ ਕੀ ਕਹਿਣਗੇ, ਉਹ ਜਿਹੜਾ ਜਹੰਨਮ ਦਾ ਦਰੋਗਾ ਹੈ ਨਾ, ਅੱਗ ਬਾਲਣ ਵਾਲਾ, ਆਪ ਫਰਮਾਉਂਦੇ ਨੇ ਮੈਂ ਮਿਰਾਜ ਦੀ ਰਾਤ ਵੇਖਿਆ, ਉਹਦੇ ਕੋਲੋਂ ਜਦੋਂ ਮੈਂ ਗੁਜ਼ਰਿਆ ਨਾ, ਉਹ ਜਿਹੜਾ ਅੱਗ ਬਾਲਣ ਵਾਲਾ ਦਰੋਗਾ ਹੈ, ਉਹਦਾ ਨਾਮ ਅੱਲਾ ਨੇ ਮਾਲਿਕ ਰੱਖਿਆ, ਉਹਦੇ ਕੋਲੋਂ ਗੁਜ਼ਰਿਆ, ਆਪ ਫਰਮਾਉਂਦੇ ਨੇ ਮੈਂ ਸਲਾਮ ਕਿਹਾ, ਉਹਨੇ ਮੇਰੇ ਸਲਾਮ ਦਾ ਜਵਾਬ ਤੇ ਦਿੱਤਾ, ਲੇਕਿਨ ਹੱਸਿਆ ਨਹੀਂ, ਮੁਸਕਰਾਇਆ ਨਹੀਂ, ਜਿਹਦੇ ਕੋਲੋਂ ਵੀ ਮੈਂ ਗੁਜ਼ਰਾਂ ਸਾਰੇ ਮੇਰਾ ਇਸਤਕਬਾਲ ਕਰਨ, ਹੱਸ ਹੱਸ ਕੇ ਮੁਸਕਰਾ ਕੇ ਮੇਰੇ ਸਲਾਮ ਦਾ ਜਵਾਬ ਦੇਣ, ਲੇਕਿਨ ਉਹ ਨਹੀਂ ਮੁਸਕਰਾਇਆ। ਮੈਂ ਕਿਹਾ ਜਬਰੀਲ ਇਹਨੂੰ ਕੀ ਮਸਲਾ ਹੈ, ਇਹ ਮੈਂ ਸਲਾਮ ਕਿਹਾ, ਇਹਨੇ ਜਵਾਬ ਦਿੱਤਾ, ਲੇਕਿਨ ਹੱਸਿਆ ਨਹੀਂ, ਮੁਸਕਰਾਇਆ ਨਹੀਂ। ਜਨਾਬੇ ਜਬਰੀਲ ਫਰਮਾਉਂਦੇ ਨੇ ਸੋਹਣਿਓ, ਇਹ ਜਹੰਨਮ ਦਾ ਦਰੋਗਾ ਹੈ, ਇਹਦਾ ਨਾਮ ਅੱਲਾ ਨੇ ਮਾਲਿਕ ਰੱਖਿਆ, ਜਦੋਂ ਦਾ ਰੱਬ ਨੇ ਇਹਨੂੰ ਬਣਾਇਆ ਅੱਜ ਤੱਕ ਹੱਸਿਆ ਹੀ ਨਹੀਂ, ਤੇ ਇਹਨੂੰ ਹਾਸਾ ਆਉਂਦਾ ਵੀ ਕੋਈ ਨਹੀਂ, ਇਹ ਕਦੇ ਨਹੀਂ ਹੱਸਿਆ।
ਇਹ ਜਹਨਮੀ ਲੋਕ ਚੀਖਣਗੇ, ਚੀਹੋ ਪੁਕਾਰ ਕਰਨਗੇ, ਕਹਿਣਗੇ ਓਏ ਜਹਨਮ ਦੇ ਦਰੋਗੇ ਮਾਲਿਕ ਗੱਲ ਸੁਣ ਲੈ, ਯਾ ਮਾਲਿਕ ਲੀ ਅਕਸੀਆ ਲਈ ਨਾ ਰੱਬੋ ਕਾ, ਓਏ ਮਾਲਿਕ ਤੂੰ ਹੀ ਸਾਡੀਆਂ ਆਵਾਜ਼ਾਂ ਸੁਣਨਾ ਪਿਆ ਤੇ ਇੰਜ ਕਰਨਾ, ਅੱਲਾ ਪਾਕ ਨੂੰ ਕਹਿ ਦੇਣ ਸਾਨੂੰ ਮਾਰ ਕੇ ਮੁਕਾ ਦੇਣ, ਅੱਲਾ ਸਾਨੂੰ ਖਤਮ ਹੀ ਕਰ ਦੇਣ, ਅਸੀਂ ਜਹਨਮ 'ਚ ਹਜ਼ਾਰਾਂ ਸਾਲ ਹੋ ਗਏ ਨੇ ਸੜਦੇ ਹਾਂ, ਅੱਲਾ ਪਾਕ ਨੂੰ ਰੱਬ ਨੂੰ ਸਾਡੀ ਸਿਫਾਰਿਸ਼ ਕਰ ਦੇ, ਅੱਲਾ ਸਾਨੂੰ ਮਾਰ ਕੇ ਮੁਕਾ ਦੇਵੇ ਜਾਂ ਜਹੰਮ ਚੋਂ ਬਾਹਰ ਕੱਢ ਲਵੇ ਜਾਂ ਸਾਨੂੰ ਖਾਣ ਲਈ ਕੁਝ ਦੇ ਦਿੱਤਾ ਜਾ। ਨਬੀ ਪਾਕ ਫਰਮਾਉਂਦੇ ਨੇ ਇਹ ਜਹੰਮ ਦਾ ਦਰੋਗਾ ਮਾਲਿਕ ਇਹਨਾਂ ਦੀਆਂ ਗੱਲਾਂ ਸੁਣੀ ਜਾਂਦਾ, ਇਹਨਾਂ ਦੀਆਂ ਚੀਖਾਂ ਸੁਣੀ ਜਾਂਦਾ। ਨਬੀ ਪਾਕ ਫਰਮਾਉਂਦੇ ਨੇ ਇਹਨਾਂ ਦੀਆਂ ਚੀਖਾਂ ਸੁਣਦਿਆਂ ਸੁਣਦਿਆਂ ਇੱਕ ਹਜ਼ਾਰ ਸਾਲ ਗੁਜ਼ਰ ਜਾਏਗਾ, ਹਜ਼ਾਰ ਸਾਲ ਹੋ ਗਏ ਇਹ ਚੀਖੀ ਜਾਂਦੇ ਨੇ, ਇਹ ਚਿੱਲਾਈ ਜਾਂਦੇ ਨੇ, ਹਜ਼ਾਰ ਸਾਲ ਗੁਜ਼ਰ ਜਾਏਗਾ, ਹਜ਼ਾਰ ਸਾਲ ਦੇ ਬਾਅਦ ਜਹੰਮ ਦਾ ਦਰੋਗਾ ਬੋਲੇਗਾ, ਹਜ਼ਾਰ ਸਾਲ ਦੇ ਬਾਅਦ ਬੋਲੇਗਾ, ਕਹੇਗਾ ਕਿ ਇੰਨਾ ਕੁੰਮਾ ਕੀ ਸੁਣ, ਓਏ ਜਹੰਮੀਓ ਇੱਥੇ ਸੜਦੇ ਰਹੋ, ਅਸੀਂ ਤੁਹਾਡੀ ਗੱਲ ਸੁਣਨੀ ਕੋਈ ਨਹੀਂ, ਅਸੀਂ ਤੁਹਾਡੀਆਂ ਚੀਖਾਂ ਸੁਣਨੀਆਂ ਹੀ ਕੋਈ ਨਹੀਂ, ਇਹ ਅੰਜਾਮ ਹੋ ਰਿਹਾ ਬੇਨਮਾਦਾ। ਓ ਮੇਰੇ ਵੀਰਾ ਅੱਜ ਤੈਨੂੰ ਕਿਉਂ ਨੀ ਫਿਕਰ ਨਮਾਜ਼ੀ, ਦੁਕਾਨ ਚੋਂ ਘਾਟਾ ਪੈ ਜਾਏ ਤੇ ਨੀਂਦਰਾਂ ਉੱਡ ਜਾਂਦੀਆਂ ਨੇ, ਮਾਲ ਡੰਗਰ ਬਿਮਾਰ ਹੋ ਜਾਏ ਨੀਂਦਰਾਂ ਉੱਡ ਜਾਂਦੀਆਂ ਨੇ, ਔਲਾਦ ਬਿਮਾਰ ਹੋ ਜਾਏ, ਮਾਂ ਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ, ਬਾਪ ਰਾਤ ਦੀ ਤਰੀਕੀ ਅੰਦਰ ਬੱਚਿਆਂ ਨੂੰ ਲੈ ਕੇ ਹਸਪਤਾਲ ਤੁਰ ਜਾਂਦਾ, ਡਾਕਟਰਾਂ ਕੋਲ ਤੁਰ ਜਾਂਦਾ, ਲੇਕਿਨ ਨਮਾਜ਼ ਦੀਆਂ ਫਿਕਰਾਂ ਨਹੀਂ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਇੰਨੀ ਫਿਕਰ ਹੁੰਦੀ ਨਮਾਜ਼ੀ, ਇੰਨੀ ਫਿਕਰ ਹੁੰਦੀ ਨਮਾਜ਼ੀ, ਮੈਂ ਕੁਰਬਾਨ ਜਾਵਾਂ ਮੇਰੇ ਪੈਗੰਬਰ ਨੂੰ ਤੈਬ ਦੀ ਵਾਦੀ ਅੰਦਰ ਜ਼ਖਮੀ ਕਰ ਦਿੱਤਾ ਗਿਆ, ਆਪ ਨੇ ਤੈਬ ਵਾਲਿਆਂ ਲਈ ਬਦਦੁਆ ਨਹੀਂ ਕੀਤੀ, ਮੱਕੇ ਅੰਦਰ ਅਬੂ ਜਹਲ ਨੇ ਜ਼ਖਮੀ ਕਰ ਦਿੱਤਾ, ਚਾਚਾ ਬਦਰੇ ਲੈ ਕੇ ਆ ਗਿਆ, ਆਪ ਫਰਮਾਉਂਦੇ ਨੇ ਅਮੀਰੇ ਹਮਜ਼ਾ ਮੈਨੂੰ ਬਦਲੇ ਲੈ ਕੇ ਖੁਸ਼ੀਆਂ ਨਹੀਂ ਮਿਲਦੀਆਂ, ਮੈਂ ਦੁਨੀਆਂ ਤੇ ਬਦਲੇ ਲੈਣ ਵਾਸਤੇ ਨਹੀਂ ਆਇਆ। ਅੱਲਾ ਦੇ ਪਾਕ ਪੈਗੰਬਰ ਨੇ ਆਪਣੀ ਬੇਟੀ ਦੇ ਕਾਤਲ ਨੂੰ ਮੁਆਫ ਕਰ ਛੱਡਿਆ, ਚਾਚੇ ਅਮੀਰੇ ਹਮਜ਼ਾ ਦੇ ਕਾਤਲ ਨੂੰ ਮੁਆਫ ਕਰ ਛੱਡਿਆ, ਅੱਲਾਹੁ ਅਕਬਰ ਅੱਲਾਹ। ਲੇਕਿਨ ਨਮਾਜ਼ ਦਾ ਮਾਮਲਾ ਸਨ ਏਡਾ ਸੰਗੀਨ ਮਾਮਲਾ, ਇੱਕ ਜੰਗ ਦੇ ਮੌਕੇ ਤੇ ਆਪ ਦੀ ਅਸਰ ਦੀ ਨਮਾਜ਼ ਰਹਿ ਗਈ, ਅਸਰ ਦੀ ਨਮਾਜ਼ ਦੁਸ਼ਮਣ ਨਹੀਂ ਪੜਨ ਦੇ ਰਹੇ, ਸਾਹਮਣੇ ਦੁਸ਼ਮਣ ਖੜਾ ਹੋਇਆ, ਦੁਸ਼ਮਣਾਂ ਦੀਆਂ ਫੌਜਾਂ ਸਾਹਮਣੇ ਖੜੀਆਂ ਨੇ ਤੇ ਅਸਰ ਦੀ ਨਮਾਜ਼ ਦਾ ਟਾਈਮ ਹੈ। ਇੱਧਰ ਸੂਰਜ ਗਰੂਬ ਹੁੰਦਾ ਜਾਂਦਾ, ਸੂਰਜ ਡੁੱਬਦਾ ਜਾਂਦਾ ਤੇ ਨਬੀ ਪਾਕ ਨੂੰ ਫਿਕਰਾਂ ਲੱਗੀਆਂ ਨੇ, ਆਖਰ ਇਹ ਨਮਾਜ਼ ਨਹੀਂ ਪੜਨ ਦੇ ਰਹੇ। ਨਬੀ ਪਾਕ ਫਰਮਾਉਂਦੇ ਨੇ ਮਾਲਾ ਅੱਲਾਹੁ ਕਬੂਰਹੁਮ ਵਬਯੂਤਹੁਮ ਨਾਰਾ, ਯਾ ਅੱਲਾ ਇਹ ਜਿਹੜੇ ਲੋਕ ਮੈਨੂੰ ਅਸਰ ਦੀ ਨਮਾਜ਼ ਨਹੀਂ ਪੜਨ ਦੇ ਰਹੇ, ਯਾ ਅੱਲਾ ਜਿਹੜੇ ਮੈਨੂੰ ਨਮਾਜ਼ ਨਹੀਂ ਪੜਨ ਦਿੰਦੇ, ਮੌਲਾ ਕਰੀਮਾ ਮੈਂ ਤੇਰਾ ਸੱਚਾ ਨਬੀ ਦੁਆ ਕਰਨਾ ਵਾਂ, ਯਾ ਅੱਲਾ ਇਹਨਾਂ ਦੀਆਂ ਕਬਰਾਂ ਅੱਗ ਦੀਆਂ ਬਣਾ ਦੇਈਂ।
ਹਜ਼ੂਰ ਇਹਨਾਂ ਲਈ ਬਦੁਆ ਫਰਮਾ ਰਹੇ ਨੇ, ਯਾ ਅੱਲਾ ਇਹਨਾਂ ਦੇ ਘਰਾਂ ਅੰਦਰ ਵੀ ਅੱਗ ਸੁੱਟ ਦੇ। ਇੱਕ ਰਵਾਇਤ ਆਉਂਦਾ ਸਹੀ ਮੁਸਲਮ ਦੀ ਰਵਾਇਤ, ਆ ਫਰਮਾਉਂਦੇ ਨੇ ਵਫੀ ਬਤੂਨ ਹਿਮ ਨਾਰਾਂ, ਯਾ ਅੱਲਾ ਇਹਨਾਂ ਦੇ ਪੇਟ ਦੇ ਅੰਦਰ ਵੀ ਅੱਗ ਹੀ ਪਾ ਦੇ, ਇਹਨਾਂ ਦੇ ਪੇਟ ਅੰਦਰ ਵੀ ਅੱਗ ਭਰ ਦੇ, ਕਬਰਾਂ ਵੀ ਅੱਗ ਦੀਆਂ ਬਣਾ ਦੇ। ਆ ਫਰਮਾਉਂਦੇ ਨੇ ਮੇਰੇ ਸਹਾਬੀਓ, ਜਦੋਂ ਆਦਾਨ ਹੋ ਜਾਂਦੀ ਏ, ਨਮਾਜ਼ ਦਾ ਟਾਈਮ ਹੋ ਜਾਂਦਾ, ਮੇਰਾ ਜੀ ਕਰਦਾ ਆਪਣੀ ਜਗ੍ਹਾ ਤੇ ਕਿਸੇ ਹੋਰ ਨੂੰ ਇਮਾਮ ਬਣਾ ਦਿਆਂ, ਤੇ ਜਿਹੜੇ ਲੋਕ ਨਮਾਜ਼ ਪੜ੍ਹਨ ਨਹੀਂ ਆਏ। ਆ ਫਰਮਾਉਂਦੇ ਨੇ ਮੇਰਾ ਜੀ ਕਰਦਾ ਮੈਂ ਚੱਕਰ ਲਾਵਾਂ ਜਿਹੜੇ ਘਰਾਂ ਅੰਦਰ ਬੈਠੇ ਨੇ, ਉਹਨਾਂ ਦੇ ਘਰਾਂ ਨੂੰ ਜਾ ਕੇ ਅੱਗ ਲਾ ਕੇ ਜਲਾ ਦੇਵਾਂ। ਏਡਾ ਰਹੀਮ ਨਬੀ, ਏਡਾ ਕਰੀਮ ਨਬੀ। ਆ ਫਰਮਾਉਂਦੇ ਨੇ ਬਸ ਇਸ ਵਾਸਤੇ ਨਹੀਂ ਜਾਂਦਾ ਕਿ ਘਰਾਂ 'ਚ ਬੀਬੀਆਂ ਹੁੰਦੀਆਂ ਨੇ, ਬੱਚੇ ਹੁੰਦੇ ਨੇ, ਇਸ ਵਾਸਤੇ ਨਹੀਂ ਜਾਂਦਾ, ਵਰਨਾ ਮੇਰਾ ਜੀ ਕਰਦਾ ਜਿਹੜੇ ਬੇਨਮਾਜ਼ ਘਰਾਂ ਅੰਦਰ ਬੈਠੇ ਹੋਏ ਨੇ, ਅਦਾਨ ਹੋ ਗਈ ਏ, ਜਮਾਤ ਹੋ ਗਈ ਏ, ਨਮਾਜ਼ ਪੜ੍ਹਨ ਵਾਸਤੇ ਨਹੀਂ ਆਏ। ਸਰਕਾਰ ਫਰਮਾਉਂਦੇ ਨੇ ਦਿਲ ਕਰਦਾ ਇਹਨਾਂ ਦੇ ਘਰ ਜਾ ਕੇ ਘਰ ਨੂੰ ਅੱਗ ਲਾ ਕੇ ਜਲਾ ਦੇਵਾਂ। ਓਏ ਅਜ਼ਾਨ ਦਾ ਹੋਕਾ ਮਿਲਿਆ, ਅਜ਼ਾਨਾਂ ਹੁੰਦੀਆਂ ਨੇ, ਕਈਆਂ ਬੰਦਿਆਂ ਦੇ ਸਿਰ ਭਾਰੇ ਹੋ ਜਾਂਦੇ ਨੇ, ਹੁਣ ਨਮਾਜ਼ ਪੜ੍ਹਨੀ ਪੈ ਗਈ। ਹਦੀਸ ਪਾਕ ਚ ਆਉਂਦਾ ਹੈ ਜਿਸ ਬੰਦੇ ਦਾ ਅਜ਼ਾਨ ਸੁਣ ਕੇ ਸਿਰ ਭਾਰਾ ਹੋ ਜਾਂਦਾ ਹੈ, ਜਦੋਂ ਫੌਤ ਹੋ ਜਾਂਦਾ ਹੈ, ਇੱਕ ਫਰਿਸ਼ਤੇ ਦੀ ਡਿਊਟੀ ਲੱਗ ਜਾਂਦੀ ਹੈ, ਇਹਦੇ ਸਿਰ 'ਤੇ ਪੱਥਰ ਮਾਰਦਾ, ਇਹਦਾ ਸਿਰ ਪੀਸ ਜਾਂਦਾ, ਫਿਰ ਠੀਕ ਹੋ ਜਾਂਦਾ, ਇਹ ਫਿਰ ਪੱਥਰ ਮਾਰਦਾ, ਇਹਦਾ ਸਿਰ ਫਿਰ ਪੀਸ ਜਾਂਦਾ, ਇਹ ਪੱਥਰ ਉਠਾਉਂਦਾ ਤੇ ਠੀਕ ਹੋ ਜਾਂਦਾ। ਆ ਫਰਮਾਉਂਦੇ ਨੇ ਇਹਦਾ ਅਜ਼ਾਨ ਸੁਣ ਕੇ ਸਿਰ ਭਾਰਾ ਹੋ ਜਾਂਦਾ ਸੀ, ਨਮਾਜ਼ ਔਖੀ ਲੱਗਦੀ ਸੀ, ਇਹਨੂੰ ਕਿਆਮਤ ਤੱਕ ਇਹੋ ਸਦਾ ਹੀ ਮਿਲਦੀ ਰਹੇਗੀ। ਓ ਵੀਰਾਂ, ਅਜ਼ਾਨ ਦਾ ਹੋਕਾ ਮਿਲਿਆ, ਹੋਈਆਂ ਅਜ਼ਾਨਾਂ ਨੇ ਸੁਣ ਕੇ ਤਿਆਰੀ ਕੀਤੀ, ਅਹਿਲੇ ਈਮਾਨਾਂ ਨੇ ਫਿਕਰ ਨਾ ਕੀਤੀ ਗਈ, ਜਾਹਿਲ ਨਦਾਨਾਂ ਨੇ ਨਮਾਜ਼ ਦੀ ਗਫਲਤ ਚੰਗੀ ਨਹੀਂ। ਦੱਸ ਓਏ ਬੇਨਮਾਜ਼ਾਂ ਤੇਰੇ ਕੀ ਪੱਲੇ ਆ, ਜਿਹੜਾ ਬੇਨਮਾਜ਼ ਨਾਮ ਅਮਾਲ ਖਾਲੀ ਲਈ ਫਿਰਦਾ, ਕਾਲਾ ਕੀਤੀ ਫਿਰਦਾ। ਦੱਸ ਹਾਂ ਬੇਨਮਾਜ਼ਾਂ ਤੇਰੇ ਕੀ ਪੱਲੇ ਆਂ, ਜਾਣਾ ਤੂੰ ਕਬਰ ਹੇਠ ਤਿੰਨ ਚਾਰ ਫੁੱਟ ਥੱਲੇ ਆਂ, ਕਬਰ ਹਨੇਰੀ ਵਿੱਚ ਰਹਿਣਾ ਤੂੰ ਇਕੱਲੇ ਆਂ, ਕਿਸੇ ਵੀ ਨਾਲ ਜਾਣਾ ਨਹੀਂ। ਤੇ ਅਗਲੀ ਗੱਲ ਵੀ ਸੁਣ ਲਿਆ ਜੇ, ਇਹ ਤਾਲਬ ਇਲਮ ਦਾ ਪੈਗਾਮ ਸੁਣ ਲਿਆ ਜੇ, ਬੇਨਮਾਜ਼ਾਂ ਸੁਣ ਲੈ ਕੰਨ ਲਗਾ ਕੇ, ਕੱਲ ਨੂੰ ਨਾ ਰੋਵੀਂ ਇੱਥੇ ਵਕਤ ਗਵਾ ਕੇ, ਇੱਕ ਦਿਨ ਹਿਸਾਬ ਦੇਣਾ ਅਸੀਂ ਅੱਲਾ ਨੂੰ ਜਾ ਕੇ, ਇੱਕ ਦਿਨ ਹਿਸਾਬ ਦੇਣਾ ਅਸੀਂ ਅੱਲਾ ਨੂੰ ਜਾ ਕੇ, ਸਦਾ ਹਮੇਸ਼ਾ ਇੱਥੇ ਰਹਿਣਾ ਨਹੀਂ। ਮੇਰੇ ਵੀਰ ਨਮਾਜ਼ ਦੀ ਫਿਕਰ ਕਰ ਲਓ,
ਆ ਵੀ ਨਮਾਜ਼ੀ ਬਣ ਜਾਓ, ਆਪਣੇ ਬੱਚਿਆਂ ਨੂੰ ਵੀ ਨਮਾਜ਼ੀ ਬਣ ਜਾਓ, ਅਹਿਲੇ ਖਾਨਾ ਨੂੰ ਵੀ ਨਮਾਜ਼ੀ ਬਣਾ ਲਓ। ਅਗਰ ਨਮਾਜ਼ਾਂ ਪੜੋਗੇ ਦੁਨੀਆਂ ਦੀ ਜ਼ਿੰਦਗੀ ਅੰਦਰ ਵੀ ਸੁਰਖਰੂ ਹੋ ਜਾਓਗੇ, ਅਗਰ ਨਮਾਜ਼ਾਂ ਪੜੋਗੇ ਦੁਨੀਆਂ ਦੀ ਜ਼ਿੰਦਗੀ ਅੰਦਰ ਵੀ ਬਰਕਤਾਂ ਆ ਜਾਣਗੀਆਂ, ਦੁਨੀਆਂ ਦੀ ਜ਼ਿੰਦਗੀ ਅੰਦਰ ਵੀ ਅੱਲਾ ਦੀ ਰਹਿਮਤ ਦਾ ਨਜ਼ੂਲ ਹੋਏਗਾ, ਤੇ ਅੱਲਾ ਕਿਆਮਤ ਦੇ ਦਿਨ ਵੀ ਕਾਮਯਾਬੀਆਂ ਨਸੀਬ ਫਰਮਾ ਛੱਡਣਗੇ। ਅੱਜ ਘਰਾਂ ਚ ਸਭ ਤੋਂ ਬੜੀ ਨੁਸਰਤ ਪਤਾ ਕਿਉਂ? ਘਰਾਂ ਦੇ ਘਰ ਬੇਨਮਾਜ਼, ਟੱਬਰਾਂ ਦੇ ਟੱਬਰ ਬੇਨਮਾਜ਼। ਜਿੰਨੇ ਕਮਾਉਣ ਵਾਲੇ, ਜਿੰਨੇ ਖਾਣ ਵਾਲੇ, ਓਨੇ ਹੀ ਕਮਾਉਣ ਵਾਲੇ, ਬਰਕਤ ਫਿਰ ਵੀ ਨਹੀਂ ਪੂਰੀ, ਫਿਰ ਵੀ ਨਹੀਂ ਪੈਂਦੀ। ਵਜ੍ਹਾ ਕਿਆ ਹੈ? ਸਾਡੇ ਘਰ ਕਬਰਸਤਾਨ ਬਣੇ ਪਏ ਨੇ। ਨਬੀ ਪਾਕ ਨੇ ਫਰਮਾਇਆ ਘਰਾਂ ਨੂੰ ਕਬਰਸਤਾਨ ਨਾ ਬਣਾਓ। ਮਤਲਬ ਕੀ ਹੈ? ਕਿ ਕਬਰਸਤਾਨ ਦੇ ਅੰਦਰ ਨਮਾਜ਼ ਪੜ੍ਹਨੀ ਮਨਾ, ਕਬਰਸਤਾਨ ਅੰਦਰ ਨਮਾਜ਼ ਪੜ੍ਹਨੀ ਪਤਾ ਨਾ ਤੁਹਾਨੂੰ। ਇਸ ਵਾਸਤੇ ਆਪਨੇ ਫਰਮਾਇਆ ਵੀ ਘਰਾਂ ਨੂੰ ਕਬਰਸਤਾਨ ਨਾ ਬਣਾਓ। ਮਤਲਬ ਕੀ ਇਹ? ਘਰ ਅੰਦਰ ਵੀ ਨਫਲੀ ਨਮਾਜ਼ ਪੜ੍ਹਿਆ ਕਰੋ, ਤਜਦ ਪੜ੍ਹਿਆ ਕਰੋ, ਸੁਨਤਾਂ ਘਰ ਅੰਦਰ ਵੀ ਜਾ ਕੇ ਪੜ੍ਹਿਆ ਕਰੋ। ਇੰਜ ਸਮਝੋ ਵੀ ਜਿਸ ਘਰ ਅੰਦਰ ਨਮਾਜ਼ ਨਹੀਂ ਪੜ੍ਹੀ ਜਾਂਦੀ ਉਹ ਜ਼ਿੰਦਿਆਂ ਦਾ ਕਬਰਸਤਾਨ, ਇੱਕ ਮੁਰਦਿਆਂ ਦਾ ਕਬਰਸਤਾਨ ਹੁੰਦਾ। ਤੇ ਜਿਸ ਘਰ ਅੰਦਰ ਨਮਾਜ਼ ਨਹੀਂ ਪੜ੍ਹੀ ਜਾਂਦੀ ਸਰਕਾਰ ਦੇ ਇਸ ਫਰਮਾਨ ਤੋਂ ਸਾਬਤ ਹੈ ਕਿ ਜ਼ਿੰਦਿਆਂ ਦਾ ਕਬਰਸਤਾਨ ਬਣਿਆ ਪਿਆ। ਦੁਆ ਹੈ ਅੱਲਾ ਸਾਨੂੰ ਪੰਜ ਵਕਤ ਦਾ ਪੱਕਾ ਸੱਚਾ ਨਮਾਜ਼ੀ ਬਣਾ ਦੇ। ਇਨਹੀ ਅਲਫਾਜ਼ ਦੀ ਇਕਤਿਫਾ ਕਰਨੇ ਆ। ਵਾਖਿਰ ਦਾਵਾਨਾ ਅਲਹਮਦੁਲਿਲਾਹ ਰੱਬਿਲ ਆਲਮੀਨ। ਮੁਹਤਰਮ ਹਾਜੀ ਸ਼ੋਕਰ ਸਾਹਿਬ, ਹਾਜੀ ਜ਼ਫਰ ਸਾਹਿਬ ਦੇ ਵਾਲਦੇ ਗ੍ਰਾਮੀ, ਹਾਜੀ ਸਰਵਰ ਸਾਹਿਬ ਵਾਸਤੇ ਦੁਆ ਕਰੋ, ਅੱਲਾ ਪਾਕ ਉਹਨਾਂ ਦੀ ਕਬਰ ਮੁਨੱਵਰ ਫਰਮਾਏ। ਮੁਹਤਰਮ ਹਾਜੀ ਅਸਲਮ ਸਾਹਿਬ ਦੇ ਬੇਟੇ ਵਾਸਤੇ ਦੁਆ ਕਰੋ, ਜਿਤਨੇ ਮੁਸਲਮਾਨ ਫੌਤ ਹੋ ਗਏ ਨੇ, ਅਜ਼ੀਜ਼ੋ ਅਕਾਰਬ ਰਿਸ਼ਤੇਦਾਰ, ਇਸ ਮਸਜਿਦ ਦੇ ਨਮਾਜ਼ੀ, ਅੱਲਾ ਪਾਕ ਸਾਰਿਆਂ ਦੀ ਮਗਫਰਤ ਫਰਮਾਏ, ਪਰੇਸ਼ਾਨਾਂ ਦੀਆਂ ਅੱਲਾ ਪਰੇਸ਼ਾਨੀਆਂ ਦੂਰ ਫਰਮਾਏ। ਯਾ ਰੱਬਿ ਲਕ ਅਲਹਮਦੁ ਕਮਾ ਯੰਬਗੀ ਲਿਜਲਾਲਿ ਵਜਹਿਕ ਵਅਜ਼ੀਮਿ ਸੁਲਤਾਨਿਕ। ਅੱਲਾਹੁਮਾ ਸੱਲ ਅਲਾ ਮੁਹੰਮਦਿਂ ਵਅਲਾ ਆਲਿ ਮੁਹੰਮਦ ਕਮਾ ਸੱਲੈਤਾ ਅਲਾ ਇਬਰਾਹੀਮ ਵਅਲਾ ਆਲਿ ਇਬਰਾਹੀਮ ਇਨਕ ਹਮੀਦੁਮ ਮਜੀਦ। ਅੱਲਾਹੁਮਾ ਬਾਰਿਕ ਅਲਾ ਮੁਹੰਮਦਿਂ ਵਅਲਾ ਆਲਿ ਮੁਹੰਮਦ ਕਮਾ ਬਾਰਕਤਾ ਅਲਾ ਇਬਰਾਹੀਮ ਵਅਲਾ ਆਲਿ ਇਬਰਾਹੀਮ ਇਨਕ ਹਮੀਦੁਮ ਮਜੀਦ। ਅੱਲਾਹੁਮਾ ਸ਼ਿ ਮਰਦਨਾ ਵਮਰਦਲ ਮੁਸਲਮੀਨ। ਮੌਲਾ ਕਰੀਮ ਜਿਤਨੇ ਮੁਸਲਮਾਨ ਬਿਮਾਰ ਨੇ ਸਿਹਤ ਕਾਮਲਾ ਜਨਾਤਾ ਫਰਮਾਨ। ਯਾ ਅੱਲਾ ਜਿਤਨੇ ਮੁਸਲਮਾਨ ਘਰਾਂ ਅੰਦਰ ਹਸਪਤਾਲਾਂ ਅੰਦਰ ਬਿਮਾਰ ਸਿਹਤ ਕਾਮਲਾ ਜਨਾਤਾ ਫਰਮਾਨ। ਯਾ ਅੱਲਾ ਜਿਤਨੇ ਵੀ ਮਾਸੂਮ ਬੱਚੇ ਮਾਵਾਂ ਭੈਣਾਂ ਬਜ਼ੁਰਗ ਨੌਜਵਾਨ ਬਿਮਾਰ ਆਪਣੀ ਰਹਿਮਤ ਨਾਲ ਸ਼ਿਫਾਏ ਕਾਮਲਾ ਜਲਾ ਤਾਂ ਫਰਮਾਨ। ਮੌਲਾ ਕਰੀਮ ਜਿਤਨੇ ਮੁਸਲਮਾਨ ਫੌਤ ਹੋ ਗਏ ਮੁਆਫ ਫਰਮਾਨ, ਉਹਨਾਂ ਦੀਆਂ ਕਬਰਾਂ ਨੂਰ ਨਾਲ ਮੁਨੱਵਰ ਫਰਮਾਨ। ਯਾ ਅੱਲਾ ਸਾਨੂੰ ਸਾਰਿਆਂ ਨੂੰ ਮੁਆਫ ਫਰਮਾਨ। ਯਾ ਅੱਲਾ ਮੁਹਤਰਮਾ ਜੀ ਸਰਵਰ ਸਾਹਿਬ ਦੀ ਕਬਰ ਮੁਨੱਵਰ ਫਰਮਾਨ, ਔਰ ਵੀ ਜਿਤਨੇ ਅਸੀਂ ਘਰ ਫੌਤ ਹੋ ਗਏ ਸਾਰਿਆਂ ਦੀਆਂ ਕਬਰਾਂ ਨੂੰ ਜੰਨਤ
ਦੇ ਬਾਗਾਂ ਵਿੱਚੋਂ ਬਾਗ ਬਣਾ। ਮੌਲਾ ਕਰੀਮ ਸਾਨੂੰ ਸਾਰਿਆਂ ਨੂੰ ਮਾਫ਼ ਫਰਮਾ। ਯਾ ਅੱਲਾ ਅਸੀਂ ਬੜੇ ਗੁਨਾਹਗਾਰ ਬਣੇ ਸਿਆਕਾਰ, ਆਪਣੀ ਰਹਿਮਤ ਦੇ ਨਾਲ ਮਾਫ਼ ਫਰਮਾ। ਮੌਲਾ ਕਰੀਮ ਸਾਡੇ ਆਪਾਂ ਵੱਲੇ ਨਾ ਵੇਖੀ, ਆਪਣੀ ਰਹਿਮਤ ਵੱਲੇ ਵੇਖ ਕੇ ਬੇੜੇ ਪਾਰ ਫਰਮਾ। ਯਾ ਅੱਲਾ ਕਾਰੋਬਾਰੀ ਪਰੇਸ਼ਾਨੀਆਂ ਦੂਰ ਫਰਮਾ, ਘਰਾਂ ਅੰਦਰ ਰਿਜ਼ਕ ਦੇ ਅੰਦਰ ਬਰਕਤਾਂ ਰਹਿਮਤਾਂ ਦਾ ਨਜ਼ੂਲ ਫਰਮਾ। ਮੌਲਾ ਕਰੀਮ ਤੇਰੇ ਬੰਦੇ ਜੋ ਨੇਕ ਹਸਨ ਕੇ ਬੈਠੇ ਨੇ ਪੂਰੀਆਂ ਫਰਮਾ। ਆਪਣੇ ਬੰਦਿਆਂ ਦੀਆਂ ਨੇਕ ਆਰਜ਼ੂਆਂ ਨੇਕ ਤਮੰਨਾਵਾਂ ਪੂਰੀਆਂ ਫਰਮਾ। ਯਾ ਅੱਲਾ ਜਿਹੜੇ ਤੇਰੇ ਬੰਦੇ ਦੀਨ ਨਾਲ ਮੁਹੱਬਤ ਕਰਦੇ ਨੇ, ਪਿਆਰ ਕਰਦੇ ਨੇ, ਗਾਏ ਗਾਏ ਦਰਸੋ ਕੁਰਾਨ ਦਾ ਇਹਤਮਾਮ ਕਰਦੇ ਨੇ, ਅਹਬਾਬ ਸ਼ਾਮੀਨ ਵਾਸਤੇ ਖਾਣੇ ਦਾ ਇੰਤਜ਼ਾਮ, ਯਾ ਅੱਲਾ ਇਹਨਾਂ ਦੋਸਤਾਂ ਦੀ ਮੁਹੱਬਤ ਕਬੂਲ ਫਰਮਾ। ਮੌਲਾ ਕਰੀਮ ਇਹ ਲੱਗੀਆਂ ਹਾਜ਼ਰੀਆਂ ਕਬੂਲ ਫਰਮਾ ਕੇ ਜ਼ਰੀਆ ਨਜਾਤ ਬਣਾ। ਯਾ ਅੱਲਾ ਸਾਨੂੰ ਪੰਜ ਵਕਤ ਦਾ ਪੱਕਾ ਸੱਚਾ ਨਮਾਜ਼ੀ ਬਣਾ। ਮੌਲਾ ਕਰੀਮ ਪੰਜ ਵਕਤ ਦਾ ਪੱਕਾ ਸੱਚਾ ਨਮਾਜ਼ੀ ਬਣਾ, ਜਿਨ੍ਹਾਂ ਦੀ ਔਲਾਦ ਬੇਨਮਾਜ਼, ਯਾ ਅੱਲਾ ਨਮਾਜ਼ੀ ਬਣਾ। ਯਾ ਅੱਲਾ ਜਿਨ੍ਹਾਂ ਦੇ ਅਹਲੇ ਖਾਨਾ ਬੇਨਮਾਜ਼ ਨੇ, ਨਮਾਜ਼ੀ ਬਣਾ। ਰੱਬਨਾ ਤਕੱਬਲ ਮਿੰਨਾ ਇਨਕਾ ਅੰਤ ਸਮੀਉਲ ਆਲੀਮ, ਵਤੁਬ ਅਲੈਨਾ ਇਨਕਾ ਅੰਤ ਤਵਾਬੁਰ ਰਹੀਮ। ਵਸੱਲੱਲਾਹੁ ਤਾਲਾ ਅਲਾ ਖੈਰਿ ਖਲਕਿਹਿ ਮੁਹੰਮਦ ਵਅਲਾ ਆਲਿਹਿ ਵਅਸਹਾਬਿਹਿ ਅਜਮਾਈਨ ਬਿਰਹਿਮਤਿਕਾ ਯਾ ਅਰਹਮਰ ਰਾਹਿਮੀਨ।